दोस्तो सुखनैप सिंह सिद्धू जुड़ बैठा तुहाडे सारयां दे नाल ते नाल नाल इस वक्त जतिंदर पन्नू साहब अपने नाल शामिल हो चुके हैं। पन्नू साहब दे नाल गलबात करां ते इस तो पहला मैं धन्नवाद करदा जसविंदर सिंह मिसिसिपी वालियां दा, कुलदीप सिंह बाठ इंडियाना इंडियानैपलिस तों साडा साथ सहयोग ते स्पॉन्सरशिप भेजदे ने, ते नाल ही जसवंत सिंह सोता साहब कनेडा तों, पिंड सिंधवा दोना जिला कपूरथला दे वासी ते प्रवासी सारे सानू साथ सहयोग दिंदे आ, सारयां दा ही धन्नवाद। पन्नू साहब स्वागत, सत श्री अकाल जी। शुक्रिया सुखनैप, सत श्री अकाल जी। बहुत मेहरबानी पन्नू साहब जुड़न दे वास्ते, और करिए जी गल दुनिया भर दे उन्हां मसलियां दे उत्ते जिन्हां दे उत्ते सानू लगदा कि तुहाडी टिप्पणी बिना गल बननी नहीं। इराक दे विच संसद ते संसद दे विच एक बिल आया कि ब्याह दी उम्र घटा के 18 तों 9 साल कर दिओ। इहदे तों पहलां फ्रांस दे विच आया, फ्रांस विच एक मुंडा थोड़े दिन पहला बलात्कार दे केस विच फस गया। उहदे च इह निकलिया कि लड़की दी सहमति नाल होया सी जी। लड़की 16 साल दी सी। बहुत सारे लोकां ने आख्या कि उह लड़की क्योंकि अडल्ट नहीं, उह सहमति नहीं गिणी जांदी। जज ने कहा जी इह कदे कानून च लिखिया ही नहीं कि जिहड़ी सहमति दी उमर किन्नी है, अडल्ट होण दी आ जां उस तों घट दी है। कि 16 साल दी लड़की सहमति दे सकदी कि नहीं दे सकदी, इहदे उत्ते उहनां दी पार्लीमेंट च बहस होई। फिर आख्या कि 16 साल दी लड़की दी सहमति नूं सहमति मन्निया जावे, पर इहदा बहुत विरोध होया कि 16 साल दी लड़की नूं तां वरगड़ा के भी सहमति लई जा सकदी है। अडल्ट वाली जिहड़ी उमर है 18 साल यूनिवर्सली मन्नी गई सारी दुनिया च, ओह रखनी चाहीदी है। ਹੁਣ ਇੱਥੇ ਜਿਹੜਾ ਇਹਨਾਂ ਨੇ ਫੈਸਲਾ ਕਰ ਦਿੱਤਾ ਭਲੇ ਮਾਨਸਾ ਨੇ, ਇਹ ਬੜਾ ਅਜੀਬ ਜਿਹੀ ਕਿਸਮ ਦਾ, ਜਿਹਦੇ ਉੱਤੇ ਹਰ ਕੋਈ ਹੈਰਾਨ ਹੈ ਕਿ ਇਹਨਾਂ ਨੇ ਕਿਸ ਤਰ੍ਹਾਂ ਕਰ ਦਿੱਤਾ। ਲੱਗਦਾ ਏਦਾਂ ਕਿ ਜਿਵੇਂ ਮਾਂ ਬਾਪ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੇ ਆ। ਰਾਜਸਥਾਨ ਚ ਬਾਲ ਵਿਆਹ ਹੁੰਦਾ, ਕੁਝ ਬੱਚੇ ਇਹੋ ਜਿਹੇ ਹੁੰਦੇ ਜਿਨ੍ਹਾਂ ਨੂੰ ਅਜੇ ਇਹ ਨੀ ਪਤਾ ਕਿ ਸਾਡੇ ਮਾਂ ਬਾਪ ਤੋਂ ਸਿਵਾ ਹੋਰ ਵੀ ਸਾਡਾ ਕੋਈ ਰਿਸ਼ਤੇਦਾਰ ਆ, ਉਹਨਾਂ ਨੂੰ ਕੁਛੜ ਚੁੱਕ ਕੇ ਵਿਆਹ ਕਰ ਦਿੱਤੇ ਜਾਂਦੇ ਆ। ਮੁੰਡੇ ਦੀ ਮਾਂ ਤੇ ਕੁੜੀ ਦੀ ਮਾਂ ਚੁੱਕ ਕੇ ਉਹਨਾਂ ਨੂੰ ਲਾਵਾਂ ਕਰਵਾ ਦਿੰਦੀਆਂ। ਉਹ ਲਾਵਾਂ ਬੱਚਿਆਂ ਦੀਆਂ ਕਾਹਦੀਆਂ, ਉਹ ਤਾਂ ਮਾਵਾਂ ਦੀਆਂ ਹੋ ਜਾਂਦੀਆਂ ਨੇ। ਬੜਾ ਅਜੀਬ ਜਿਹਾ। ਹੁਣ ਇੱਕ ਕੁੜੀ ਤਕਰੀਬਨ 8 ਸਾਲ ਮੰਗੀ ਰਹਿਣ ਪਿੱਛੋਂ, ਵਿਆਹੀ ਰਹਿਣ ਪਿੱਛੋਂ, ਕੱਲ ਜਿਹੜਾ ਉਥੋਂ ਦਾ ਜੁਵੇਨਾਈਲ ਜਸਟਿਸ ਬੋਰਡ ਆ ਉਹਦੇ ਹੁਕਮ ਦੇ ਉੱਤੇ ਆਪਣੇ ਸਹੁਰਿਆਂ ਤੋਂ ਛਡਾਈ ਗਈ ਆ। ਉਹ ਬਾਲ ਵਿਆਹ ਹੋ ਗਿਆ ਸੀ, ਅਜੇ ਵੀ ਉਹ ਕੁੜੀ ਸ਼ਾਇਦ 14 ਜਾਂ 15 ਸਾਲ ਦੀ ਉਮਰ ਨੂੰ ਪਹੁੰਚੀ ਆ। ਤੇ ਉਹ ਕਹਿੰਦੇ ਜੀ ਜਿਹਨੂੰ ਵਿਚਾਰੀ ਨੂੰ ਪਤਾ ਹੀ ਕੱਖ ਨੀ, ਉਹਨੇ ਚੀਕਾਂ ਮਾਰ ਕੇ ਦੱਸਿਆ ਜੀ ਮੈਨੂੰ ਉੱਥੇ ਬਗਾਨੇ ਤਾਂ ਰੱਖਿਆ, ਕਹਿੰਦੇ ਤੇਰਾ ਵਿਆਹ ਹੋਇਆ, ਮੈਨੂੰ ਪਤਾ ਹੀ ਨੀ ਵਿਆਹ ਕੀ ਹੁੰਦਾ। ਫਿਰ ਉਹ ਬੋਰਡ ਚ ਗੱਲ ਹੋਈ ਕਿ ਕਦੋਂ ਵਿਆਹ ਹੋਇਆ, ਕਹਿੰਦੇ ਜੀ ਬਚਪਨ ਚ ਹੀ ਹੋ ਗਿਆ ਸੀ, ਇਹਨੂੰ ਪਤਾ ਹੀ ਨੀ। ਉਹਦੇ ਕਹਿਣ ਦੇ ਉੱਤੇ ਉਹ ਵਿਆਹ ਜਿਹੜਾ ਅਨਡੂ ਕੀਤਾ ਗਿਆ, ਯਾਨੀ ਤੋੜਿਆ ਗਿਆ ਜੀ। ਇਹ ਹੁਣ ਮਿਸਰ ਦੇ ਵਿਚ ਵੀ ਹਾਲਾਤ ਕੋਈ ਬਹੁਤੇ ਸਿਖਾਵੇ ਨਹੀਂ, ਉੱਥੇ ਵੀ ਕੱਟੜ ਪੰਥ ਬਹੁਤ ਆ। ਪਰ ਕੱਟੜ ਪੰਥ ਦੇ ਜਿਹੜੇ ਚੰਦ ਚਾੜਦਾ, ਮੈਨੂੰ ਪਤਾ ਨੀ ਤੁਹਾਡੇ ਕੋਲ ਖਬਰ ਆਈ ਕਿ ਨਹੀਂ ਆਈ, ਅੱਜ ਉੱਥੇ ਸ਼ਾਮੀ ਇੱਕ ਮਸਜਿਦ ਦੇ ਵਿਚ ਬਹੁਤ ਵੱਡਾ ਧਮਾਕਾ ਹੋ ਗਿਆ। ਧਮਾਕੇ ਤੋਂ ਬਾਅਦ ਗੋਲੀ ਚਲਾਈ ਗਈ ਆ, 184 ਮੌਤਾਂ ਹੋ ਗਈਆਂ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ, 184 ਮੌਤਾਂ। ਸਾਡੇ ਲਾਗੇ 4 ਬੰਦੇ ਵੀ ਮਰੇ ਹੁਣ ਤੇ ਅਸੀਂ ਕੰਬ ਜਾਂਦੇ ਆ। ਤੇ ਜਿੱਥੇ ਏਡੀਆਂ ਏਡੀਆਂ ਮੌਤਾਂ ਹੋ ਰਹੀਆਂ, ਇਹ ਉਹੋ ਹੀ ਮਿਸਰ ਆ ਜਿਹੜਾ ਕਦੇ ਬੜਾ ਸ਼ਾਂਤ ਦੇਸ਼ ਗਿਣਿਆ ਜਾਂਦਾ ਸੀ, ਤਰੱਕੀ ਵਾਲਾ ਦੇਸ਼ ਗਿਣਿਆ ਜਾਂਦਾ, ਲਿਬੀਆ ਵੀ ਸ਼ਾਂਤ ਤੇ ਤਰੱਕੀ ਵਾਲਾ ਗਿਣਿਆ ਜਾਂਦਾ ਸੀ। ਇਸ ਵੇਲੇ ਇੱਕ ਇੱਕ ਕਰਕੇ ਮੁਲਕ ਤਬਾਹੀ ਵੱਲ ਜਾ ਰਿਹਾ। ਮੈਨੂੰ 1947 ਦੀਆਂ ਕਹਾਣੀਆਂ ਯਾਦ ਹੈ ਕਿ ਕਈਆਂ ਲੋਕਾਂ ਨੇ ਆਪਣੀਆਂ ਧੀਆਂ ਛੋਟੀ ਉਮਰੇ ਹੀ ਫਟਾਫਟ ਇਸ ਕਰਕੇ ਵਿਆਹਤੀਆਂ ਕਿ ਸਹੁਰਿਆਂ ਦੇ ਕੋਲ ਹੋਣਗੀਆਂ, ਆਪੇ ਮੁੰਡਾ ਇਹਦੀ ਤੇ ਇਹ ਮੁੰਡੇ ਦੀ ਰਾਖੀ ਕਰ ਲੂ ਤੇ ਸਹੁਰਿਆਂ ਵਾਲੇ ਕਰਦੇ ਰਹਿਣਗੇ, ਸਾਡੇ ਵੱਲੋਂ ਇੱਕ ਕਿਸਮ ਦੀ ਜਿੰਮੇਵਾਰੀ ਲੱਥ ਜਾਵੇ। ਬਹੁਤਿਆਂ ਨੇ ਇਸ ਕਰਕੇ ਕਰਤੀਆਂ ਸੀ। ਇਹ ਜਿਹੜੀ ਮਿਸਰ ਵਿਚ ਉਮਰ ਘਟਾਉਣ ਦੀ ਤੇ 9 ਸਾਲ ਕਰਨ ਦੀ ਤਜਵੀਜ਼ ਆਈ ਹੈ, ਉਹਦੇ ਪਿੱਛੇ ਵੀ ਏਦਾਂ ਜਿਵੇਂ ਜਿੰਮੇਵਾਰੀਆਂ ਤੋਂ ਭੱਜਣ ਦਾ ਚੱਕਰ ਆ। ਪਰ ਇਹ ਨੀ ਸਮਝਦੇ ਕਿ ਅਗਲੇ ਪਾਸੇ ਜਿਹੜਾ ਪਤੀ ਆ ਉਹ ਤਾਂ 9-10 ਸਾਲ ਦਾ, ਉਹਨੂੰ ਬਹੁਤੀ ਸਮਝ ਨਹੀਂ, ਉਹਦਾ ਬਾਪ ਉਹਦੇ ਘਰ ਦੇ ਵਿਚ ਹੋਰ ਮਰਦ ਹੋਣਗੇ। ਇਸ ਲੜਕੀ ਦੀ ਸੈਕਸੁਅਲ ਐਕਸਪਲਾਈਟੇਸ਼ਨ ਉੱਥੇ ਹੋ ਸਕਦੀ ਆ, ਉਹ ਚਾਂਸਿਸ ਵੱਧ ਸਕਦੇ ਆ, ਉਹਨੂੰ ਰੋਕਣ ਵਾਸਤੇ ਕੁਝ ਕਰਨਾ ਚਾਹੀਦਾ। ਅਸੀਂ ਅਗਲੇ ਬਗਾਨੀ ਧੀ ਦਾ ਕਿੱਥੇ ਲਿਹਾਜ ਕਰਦੇ ਆ, ਉਹ ਨਹੀਂ ਗੱਲ ਸੋਚੀ ਗਈ, ਗਲਤ ਤਜਵੀਜ਼ ਆ ਜਿਹੜੀ ਪੇਸ਼ ਹੋਈ ਆ। ਬਿਲਕੁਲ, ਬਿਨਾਂ ਸ਼ੱਕ ਕੇ ਵੀ ਗਲਤ ਤਜਵੀਜ਼ ਹੈ ਜੀ। ਤੇ ਦੂਸਰੇ ਪਾਸੇ ਪੰਨੂ ਸਾਹਿਬ ਜੇ ਦੇਖਿਆ ਜਾਵੇ ਤਾਂ ਹਾਫਜ਼ ਸਈਦ
ਉਹਦੀ ਰਿਹਾਈ ਦਾ ਮਾਮਲਾ ਜਿਹੜਾ ਉਹ ਵੀ ਭੱਗ ਗਿਆ। ਤਜਵੀਜ਼ ਇਹ ਵੀ ਗਲਤੀ ਲੱਗਦੀ ਹੈ ਕਿਉਂਕਿ ਦਿਨ ਤਾਂ ਦੋ ਰਹਿੰਦੇ ਨੇ ਜਦੋਂ ਅਸੀਂ ਵਰੇਗੰਢ ਮਨਾਉਣੀ ਹੈ ਉਸ ਘਟਨਾ ਕ੍ਰਮ ਦੀ ਜਿਹਦੇ ਵਿਚ ਕਿਤੇ ਨਾ ਕਿਤੇ ਹਾਫਜ਼ ਸਈਦ ਦਾ ਨਾਂ ਆਉਂਦਾ ਹੈ। ਉਹਦੇ ਚ ਦੋ ਜਣਿਆਂ ਦਾ ਨਾਂ ਆਉਂਦਾ ਪਾਕਿਸਤਾਨ ਚ ਬੇਟਿਆਂ ਦਾ, ਇੱਕ ਹਾਫਿਜ਼ ਸਈਦ ਦਾ, ਇੱਕ ਜ਼ਕੀਰ ਰਹਿਮਾਨ ਲਖਵੀ ਦਾ। ਜ਼ਕੀਰ ਰਹਿਮਾਨ ਲਖਵੀ ਨੂੰ ਚਾਚਾ ਕਹਿੰਦੇ ਸੀ ਅੱਤਵਾਦੀ, ਤੇ ਚੱਲਦੇ ਆਪਰੇਸ਼ਨ ਦੌਰਾਨ ਜਾਂ ਉਹਦੇ ਨਾਲ ਜਾਂ ਹਾਫਿਜ਼ ਸਈਦ ਨਾਲ ਦੋਵਾਂ ਨਾਲ ਗੱਲ ਕਰਦੇ ਰਹੇ ਤੇ ਭਾਰਤ ਦੀਆਂ ਏਜੰਸੀਆਂ ਨੇ ਨੀ ਇਹ ਗੱਲਬਾਤ ਇੰਟਰਸੈਪਟ ਕੀਤੀ ਸੀ ਅਮਰੀਕਾ ਵਾਲਿਆਂ ਨੇ। ਅਮਰੀਕਾ ਦੀਆਂ ਏਜੰਸੀਆਂ ਨੇ ਭਾਰਤ ਨੂੰ ਦੱਸਿਆ, ਭਾਰਤ ਦੀਆਂ ਏਜੰਸੀਆਂ ਨੇ ਫਿਰ ਇਹ ਕੇਸ ਚੁੱਕਿਆ, ਫਿਰ ਪਾਕਿਸਤਾਨ ਨੇ ਇਹਨਾਂ ਤੇ ਕੇਸ ਵੀ ਚਲਾਇਆ, ਪਰ ਚਲਾਇਆ ਡਾਮੇਬਾਜੀ ਵਾਲੇ ਢੰਗ ਨਾਲ, ਅੱਜ ਤੱਕ ਕਿਸੇ ਪਾਸੇ ਨਹੀਂ ਲੱਗਾ। ਹਰ 6 ਮਹੀਨੇ ਬਾਅਦ ਜੱਜ ਬਦਲ ਦਿੰਦੇ, ਨਵਾਂ ਜੱਜ ਆਉਂਦਾ, ਉਹ ਆ ਕਹਿੰਦਾ ਫਿਰ ਮੁੜ ਤੋਂ ਸ਼ੁਰੂ ਕਰੋ, ਇਸ ਤਰ੍ਹਾਂ ਹੀ ਚੱਲੀ ਜਾ ਰਿਹਾ ਉੱਥੇ। ਹੁਣ ਉਹਦੇ ਚੋਂ ਹਾਫਿਜ਼ ਸਈਦ ਨੂੰ ਇਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਫੜਿਆ ਇਸ ਕਰਕੇ ਸੀ ਕਿ ਡੋਨਲਡ ਟਰੰਪ ਜਦੋਂ ਰਾਸ਼ਟਰਪਤੀ ਬਣ ਗਿਆ ਤੇ ਇਹਨੇ ਆਉਂਦਿਆਂ 1 ਮਹੀਨੇ ਬਾਅਦ ਦਬਕਾ ਮਾਰਤਾ ਕਿ 6 ਦੇਸ਼ਾਂ ਦੇ ਵਿੱਚੋਂ ਜਿਹੜੇ ਮੁਸਲਿਮ ਮੈਜੋਰਿਟੀ ਦੇਸ਼ ਨੇ ਉਥੋਂ ਆਉਣ ਵਾਲਿਆਂ ਨੂੰ ਅਮਰੀਕਾ ਚ ਨੀ ਵੜਨ ਦੇਣਾ। ਉਹ ਦਬਕਾ ਇੰਨੀ ਤੇਜ਼ੀ ਨਾਲ ਅਸਰ ਕਰ ਗਿਆ ਕਿ ਜਿਹੜੇ ਜਿਹੜੇ ਦੇਸ਼ਾਂ ਤੋਂ ਏਅਰਲਾਈਨਾਂ ਦੇ ਜਹਾਜ਼ ਤਿਆਰ ਖੜੇ ਸੀ ਉਹਨਾਂ ਨੇ ਤਿਆਰ ਖੜੇ ਜਹਾਜ਼ਾਂ ਦੇ ਵਿੱਚੋਂ ਅਨਾਊਂਸ ਕਰਕੇ ਰੋਕ ਕੇ ਜਿਹੜੇ ਜਿਹੜੇ ਉਹਨਾਂ ਦੇਸ਼ਾਂ ਵਾਲੇ ਲੋਕ ਸਨ ਉਹਨਾਂ ਨੂੰ ਆਖਿਆ ਜੀ ਤੁਸੀਂ ਉਤਰ ਜਾਓ, ਤੁਹਾਨੂੰ ਅਮਰੀਕਾ ਤੋਂ ਵੀ ਜਾ ਕੇ ਮੁੜਨਾ ਪੈਣਾ। ਉਥੋਂ ਸਿੱਧੀਆਂ ਆਉਣ ਵਾਲੀਆਂ ਫਲਾਈਟਾਂ ਇਕੱਲੀਆਂ ਨੀ ਜਿਹੜੀਆਂ ਦੂਸਰੇ ਦੇਸ਼ਾਂ ਚੋਂ ਹੋ ਕੇ ਆਉਂਦੀਆਂ ਸੀ, ਉਥੋਂ ਵੀ ਉਹਨਾਂ ਨੂੰ ਏਅਰਪੋਰਟਾਂ ਤੋਂ ਰੋਕ ਦਿੱਤਾ ਗਿਆ ਕਿ ਤੁਹਾਨੂੰ ਵਾਪਸ ਭੇਜ ਦਿੰਦੇ ਆ, ਤੁਸੀਂ ਅੱਗੇ ਅਮਰੀਕਾ ਤੱਕ ਨੀ ਜਾ ਸਕਦੇ, ਫਲਾਈਟਾਂ ਵੀ ਅੱਛੇ ਕਿੱਥੇ ਲੇਟ ਹੋਈਆਂ। ਉਹ ਦਬਕਾ ਇਹੋ ਜਿਹਾ ਸੀ ਕਿਉਂਕਿ ਟਰੰਪ ਨੇ ਕਿਹਾ ਤਾਂ ਕਿ ਕੁਝ ਹੋਰ ਦੇਸ਼ ਵੀ ਅਜੇ ਮੈਂ ਇਸ ਤਰ੍ਹਾਂ ਦੀ ਪਾਬੰਦੀ ਹੇਠ ਲਿਆਉਣੇ ਆ। ਪਾਕਿਸਤਾਨ ਵਾਲੇ ਘਬਰਾ ਗਏ, ਇਹਨਾਂ ਨੇ 24 ਘੰਟਿਆਂ ਦੇ ਅੰਦਰ ਅੰਦਰ ਹਾਫਿਜ਼ ਸਈਦ ਨੂੰ ਨਜ਼ਰਬੰਦ ਕਰਤਾ। ਮੁੜ ਕੇ ਉਹਦਾ ਕੇਸ ਜੱਜ ਨਾਲ ਪੇਸ਼ ਹੀ ਨਹੀਂ ਕੀਤਾ ਗਿਆ, ਵਿਖਾਵਾ ਕਰਦੇ ਰਹੇ। ਉਹ ਹਰ ਵਾਰੀ ਚੈਲੰਜ ਕਰਦਾ ਰਿਹਾ ਕਿ ਮੇਰੀ ਨਜ਼ਰਬੰਦੀ ਵਧਾਉਂਦੇ, ਇਹ ਤੇ ਦੱਸੋ ਕਿਉਂ ਵਧਾਉਂਦੇ ਆ। ਉਹ ਇਹ ਵੀ ਕਹਿੰਦਾ ਰਿਹਾ ਅਮਰੀਕਾ ਦੇ ਤੇ ਭਾਰਤ ਦੇ ਕਹਿਣ ਤੇ ਵਧਾਈ ਜਾ ਰਹੀ ਹੈ। ਪਾਕਿਸਤਾਨ ਸਰਕਾਰ ਕਹਿੰਦੀ ਸੀ ਸਾਡੇ ਕੋਲ ਸਬੂਤ ਹੈਗੇ, ਅਸੀਂ ਪੇਸ਼ ਕਰਾਂਗੇ, ਪਰ ਸਬੂਤ ਪੇਸ਼ ਨਹੀਂ ਕੀਤੇ ਗਏ। ਉਹਦੇ ਵਿੱਚ ਸਮੱਸਿਆ ਇਹ ਆਉਂਦੀ ਸੀ ਕਿ ਜੇ ਸਬੂਤ ਪੇਸ਼ ਕਰਨ ਤੇ ਸਬੂਤ ਉਹ ਜਿਹੜੇ ਭਾਰਤ ਨੇ ਦਿੱਤੇ ਆ, ਤੇ ਫਿਰ ਇਹ ਵੀ ਗੱਲ ਆਉਣੀ ਹੈ ਕਿ ਜੇ ਤੁਹਾਡੇ ਕੋਲ ਇੰਨੇ ਪੱਕੇ ਸਬੂਤ ਸੀ ਤੇ ਟਰੰਪ ਦੇ ਦਬਕਾ ਮਾਰਨ ਤੱਕ ਹੁਣ ਤੱਕ ਕਾਰਵਾਈ ਕਿਉਂ ਨਾ ਕੀਤੀ, ਤੇ ਜੇ ਸਬੂਤ ਨਹੀਂ ਪੇਸ਼ ਕਰਦੇ ਤੇ ਹਾਫਿਜ਼ ਸਈਦ ਬਰੀ ਹੁੰਦਾ ਸੀ। ਪਾਕਿਸਤਾਨ ਦੀ ਸਰਕਾਰ ਨੇ ਸੋਚਿਆ ਬਰੀ ਹੁੰਦਾ ਤੇ ਹੋ ਜਾਵੇ। ਜਦੋਂ ਨਜ਼ਰਬੰਦੀ ਕੀਤੀ ਉਦੋਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਹੁੰਦਾ ਸੀ, ਉਹਦੀ ਸ਼ਰਾਫਤ ਦਾ ਬੁਰਕਾ ਲੱਥ ਗਿਆ, ਉਹਦੇ ਆਪਣੇ ਆਏ ਥੋੜੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਫਸਿਆ ਫਿਰਦਾ, ਤੇ ਅੱਗੋਂ ਉਹਨੂੰ ਇਹ ਹੈ ਕਿ ਮੇਰੀ ਵੱਲੋਂ ਜੋ ਮਰਜ਼ੀ ਹੁੰਦਾ ਫਿਰੇ, ਮੈਨੂੰ ਕੀ ਫਰਕ ਪੈਂਦਾ। ਉਹਨੇ ਆਪਣੇ ਬੰਦਿਆਂ ਨੂੰ ਕਹਿਤਾ ਕਿ ਤੁਸੀਂ ਕੇਸ ਜਿਹੜਾ ਇਹਦੀ ਪੈਰਵੀ ਨਹੀਂ ਕਰਨੀ, ਹਾਫਿਜ਼ ਸਈਦ ਛੁੱਟਦਾ ਤੇ ਛੁੱਟ ਜਾਵੇ, ਤੰਗ ਹੋਣਗੇ ਤੇ ਅਮਰੀਕਾ ਵਾਲੇ ਹੋਣਗੇ, ਭਾਰਤ ਵਾਲੇ ਹੋਣਗੇ, ਆਪਾਂ ਨੂੰ ਕੀ ਫਰਕ ਪੈਂਦਾ। ਚੋਣਾਂ ਤੇ ਹੁਣ ਛੇਤੀ ਹੋਣ ਵਾਲੀਆਂ, ਅਗਲੇ ਸਾਲ ਉਦਾਂ ਵੀ ਆਪਾਂ ਲੱਥ ਜਾਣਾ ਸੀ, ਹੁਣ ਸਰਕਾਰ ਨੂੰ ਅਦਾਲਤ ਨੇ ਹਿਲਾਤਾ ਵਾ ਤੇ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਹ ਗਿਣ ਮਿਸ ਕੇ ਉਹਨੂੰ ਛੱਡਿਆ ਗਿਆ, ਔਰ ਉਹਨੇ ਛੁੱਟਦੇ ਸਾਰੇ ਜਿੱਦਾਂ ਇਹ ਆਖਿਆ ਹੁਣ ਮੈਂ ਭਾਰਤੀ ਕਸ਼ਮੀਰ ਦੇ ਵਿੱਚ ਜਹਾਦ ਹੋਰ ਤੇਜ਼ ਕਰੂੰਗਾ, ਉਹਦੇ ਤੋਂ ਸਾਡੇ ਵਾਸਤੇ ਖਤਰੇ ਕਈ ਪੈਦਾ ਹੁੰਦੇ ਆ। ਉਹ ਕਹਿੰਦਾ ਮੈਂ ਭਾਰਤ ਵੱਲ ਜਾਊਂਗਾ, ਮੈਂ ਕਸ਼ਮੀਰ ਘੱਟ ਹੀ ਜਾਊਂਗਾ। ਉਹਨੇ ਬਿਲਕੁਲ ਨਹੀਂ ਜਾਣਾ, ਉਹਦੇ ਗੁਆਂਢੀ ਕਿਤੇ ਪਟਾਕਾ ਚਲਾਉਣ ਤੇ ਅੰਦਰ ਬੈਠਾ ਡਰ ਜਾਂਦਾ, ਉਸ ਦਿਨ ਰਾਤ ਨੂੰ ਸਿਕਿਉਰਿਟੀ ਹੋਰ ਵਧਾ ਲੈਂਦਾ। ਉਹ ਸਿਰਫ ਇੱਕ ਕੰਮ ਕਰੂਗਾ ਕਿ ਜਹਾਦ ਦੇ ਨਾਂ ਤੇ ਪੈਸਾ ਇਕੱਠਾ ਕਰੂਗਾ। ਬਗਾਨੇ ਪੁੱਤਾਂ ਨੂੰ ਜਿਸ ਤਰ੍ਹਾਂ ਅਜਮਲ ਅਮਰ ਕਸਾਬ ਨੂੰ ਮੁੰਬਈ ਚ ਭੇਜਿਆ ਸੀ ਤੇ ਉਹਦੇ ਨਾਲਦਿਆਂ ਨੂੰ ਕੁਝ ਮਾਰੇ ਗਏ ਸਨ, ਕੁਝ ਇਹ ਅਜਮਲ ਅਮਰ ਕਸਾਬ ਬਾਅਦ ਚ ਫਾਂਸੀ ਲੱਗਾ ਸੀ, ਹੁਣ ਫੇਰ ਉਹ ਏਦਾਂ ਦੇ ਗਰੀਬ ਘਰਾਂ ਦੇ ਬੱਚੇ ਚੁਣੂਗਾ ਜਿਨ੍ਹਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ ਇੱਧਰ ਤੋਰ ਦੂ, ਉਹਨਾਂ ਦੇ ਘਰਦਿਆਂ ਨੂੰ ਕਿਸੇ ਨੂੰ 50,000 ਰੁਪਇਆ, ਕਿਸੇ ਨੂੰ 1,00,000 ਰੁਪਇਆ ਦੇ ਦੂ। ਜਿਹੜਾ ਕੰਮ ਪਾਕਿਸਤਾਨ ਫੌਜ ਭੇਜ ਕੇ ਨਹੀਂ ਕਰ ਸਕਦਾ ਤੇ ਆਪਣੇ ਫੌਜੀ ਨਹੀਂ ਮਰਵਾਉਣਾ ਚਾਹੁੰਦਾ, ਉਹ ਹਾਫਿਜ਼ ਸਈਦ ਦੇ ਰਾਹੀਂ ਕਰਵਾਉਣਗੇ। ਜੀ ਪੰਨੂ ਸਾਹਿਬ, ਇਸਹਾਕ ਡਾਰ ਉਥੋਂ ਦਾ ਇੱਕ ਆਗੂ ਹੈ, ਸਿਆਸਤਦਾਨ ਹੈ, ਉਹਦੇ ਮਗਰ ਵੀ ਹੁਣ ਖੰਭਾਂ ਦੀਆਂ ਡਾਰਾਂ ਬਣ ਰਹੀਆਂ ਜਾਂ ਮਾਮਲਾ ਕੁਛ ਹੋਰ ਹੈ? ਨਹੀਂ, ਜਿਹੜਾ ਇਸਹਾਕ ਡਾਰ ਹੈ ਖਜ਼ਾਨਾ ਮੰਤਰੀ ਹੈ ਉਥੋਂ ਦਾ। ਜੀ ਕਮਾਲ ਦੀ ਗੱਲ ਇਹ ਕਿ ਅਦਾਲਤ ਨੇ ਖਜ਼ਾਨਾ ਮੰਤਰੀ ਹੁੰਦਿਆਂ ਹੀ ਉਹਨੂੰ ਅਦਾਲਤੀ ਭਗੌੜਾ ਕਰਾਰ ਦੇ ਦਿੱਤਾ, ਕਿਉਂਕਿ ਜਿਹੜਾ ਭ੍ਰਿਸ਼ਟਾਚਾਰ ਦਾ ਕੇਸ ਹੈ ਪਨਾਮਾ ਪੇਪਰ ਲੀਕੇਜ ਵਾਲਾ, ਉਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਹਦੇ ਦੋਵੇਂ ਮੁੰਡੇ, ਉਹਦੀ ਧੀ, ਜਵਾਈ, ਭਰਾ, ਉਹ ਸਾਰੇ ਤਾਂ ਘਰ ਦੇ ਰਲੇ ਆ, ਬਾਹਰ ਦਾ ਬੰਦਾ ਇੱਕੋ ਹੀ ਉਹ ਚ ਫਸਦਾ, ਤੇ ਉਹ ਇਹ ਖਜ਼ਾਨਾ ਮੰਤਰੀ ਇਸਹਾਕ ਡਾਰ ਹੈ। ਇਸਹਾਕ ਦੇ ਬਾਰੇ ਜਦੋਂ 2-3 ਵਾਰੀ ਪਹਿਲਾਂ ਸਮਨ ਆਏ ਨੇ ਲੈ ਨੀ, ਫਿਰ ਇਹਨੂੰ ਪੇਸ਼ ਹੋਣਾ ਪਿਆ, 2-3 ਪੇਸ਼ੀਆਂ ਤੋਂ ਬਾਅਦ ਇਹਨੂੰ ਸਮਝ ਲੱਗ ਗਈ ਕਿ ਇੱਥੇ ਹੁਣ ਸੱਚ ਸਾਹਮਣੇ ਆ ਚੁੱਕਾ ਤੇ ਅਦਾਲਤ ਨੇ ਮੈਨੂੰ ਜੇਲ੍ਹ ਭੇਜਣਾ, ਤੇ ਬਹਾਨੇ ਨਾਲ ਇੱਥੋਂ ਅਦਾਲਤ ਪੇਸ਼ੀ ਲਈ ਘਰੋਂ ਤੁਰਿਆ, ਪਰ ਉੱਥੇ ਪੇਸ਼ ਹੋਣ ਦੀ ਥਾਂ ਫਲਾਈਟ ਲਈ
ਤੇ ਲਾਹੌਰ ਚੱਲ ਉੱਥੋਂ ਲੰਡਨ ਚਲਾ ਗਿਆ। ਲੰਡਨ ਤੋਂ ਜਾ ਕੇ ਦੋ ਵਾਰੀ ਸੁਨੇਹਾ ਭੇਜਤਾ ਕਿ ਮੈਨੂੰ ਡਾਕਟਰਾਂ ਨੇ ਆਖਿਆ ਜੀ ਤੂੰ ਅਜੇ ਟਰੈਵਲ ਨਹੀਂ ਕਰ ਸਕਦਾ ਇਸ ਕਰਕੇ ਮੈਂ ਲੰਡਨ ਚ ਬੈਠਾ। ਅਦਾਲਤ ਨੇ ਉਹਦੇ ਇਸ ਸੁਨੇਹੇ ਨੂੰ ਇਹਦੀ ਚਿੱਠੀ ਨੂੰ ਰੱਦ ਕਰਤਾ ਤੇ ਵਕੀਲ ਨੂੰ ਆਖਿਆ ਕਿ ਜਾਣ ਕੇ ਉੱਥੇ ਬੇਟਾ ਨੂੰ ਕਿਤੇ ਜਾ ਕੇ ਪੇਸ਼ ਹੋਵੇ, ਪੇਸ਼ ਹੋਣਾ ਨਹੀਂ ਚਾਹੁੰਦਾ। ਅਦਾਲਤੀ ਭਗੌੜਾ ਤੇ ਕਾਗਜ਼ਾਂ ਦੇ ਵਿੱਚ ਉਹ ਪਾਕਿਸਤਾਨ ਦਾ ਖਜ਼ਾਨਾ ਮੰਤਰੀ ਹੈ ਤੇ ਬੈਠਾ ਲੰਡਨ ਚ। ਹਾਰ ਕੇ ਜਦੋਂ ਵੇਖਿਆ ਕਿ ਹੁਣ ਅਦਾਲਤ ਕੋਈ ਵੱਡਾ ਆਰਡਰ ਕਰ ਸਕਦੀ ਹੈ, ਉਹਨੇ ਆਪਣੇ ਨਵੇਂ ਪ੍ਰਧਾਨ ਸ਼ਾਹਿਦ ਖਾਕਾਨ ਅਬਾਸੀ ਦੇ ਨਾਲ ਗੱਲ ਕੀਤੀ ਤੇ ਉਹਨੂੰ ਆਪਣੀ ਛੁੱਟੀ ਲਿਖ ਕੇ ਭੇਜਤੀ ਤੇ ਅਬਾਸੀ ਨੇ ਲੰਡਨ ਚ ਬੈਠੇ ਦੀ ਉਹਦੀ 3 ਮਹੀਨਿਆਂ ਦੀ ਛੁੱਟੀ ਮਨਜ਼ੂਰ ਕਰ ਲਈ ਹੈ। ਸਾਰਾ ਇਹ ਡਰਾਮਾ ਹੋ ਰਿਹਾ ਇਸ ਕਰਕੇ ਕਿ ਭ੍ਰਿਸ਼ਟਾਚਾਰ ਦੇ ਕੇਸ ਵਿਚੋਂ ਬੰਦਾ ਬਚਿਆ ਰਵੇ। ਜਾਇਦਾਦ ਮਾਲ ਪਾਣੀ ਪਹਿਲਾਂ ਹੀ ਦੇਸ਼ ਤੋਂ ਬਾਹਰ ਕੱਢਿਆ ਪਿਆ, ਹੁਣ ਉੱਥੇ ਲੰਡਨ ਚ ਬੈਠਾ ਵੀ ਰਵੇ ਤੇ ਕੋਈ ਫਰਕ ਨੀ ਉਹਨੂੰ ਪੈਂਦਾ, ਉਹਦੇ ਕੋਲ ਪੈਸਾ ਬਹੁਤ ਹੈ, ਇੱਥੋਂ ਵਾਲੀ ਕਾਨੂੰਨੀ ਕਾਰਵਾਈ ਤੋਂ ਬਚੇਗਾ। ਜੀ ਪੰਨੂ ਸਾਹਿਬ, ਇਧਰੋਂ ਭਾਰਤ ਦਾ ਇੱਕ ਵਿਅਕਤੀ ਕੁਲਭੂਸ਼ਣ ਜਾਧਵ ਪਾਕਿਸਤਾਨ ਦੀ ਜੇਲ੍ਹ ਦੇ ਵਿਚ ਬੰਦ ਹੈ, ਪਾਕਿਸਤਾਨ ਵਾਲੇ ਉਸ ਨੂੰ ਫਾਂਸੀ ਦੀ ਸਜ਼ਾ ਐਲਾਨ ਬੈਠੇ ਆ, ਹਾਲਾਂਕਿ ਰੋਕ ਅੰਤਰਰਾਸ਼ਟਰੀ ਕੋਰਟ ਨੇ ਉਹਦੇ ਤੇ ਲਾਈ ਹੋਈ ਹੈ ਤੇ ਹੁਣ ਉਹਦੀ ਪਤਨੀ ਤੇ ਮਾਂ ਪਾਕਿਸਤਾਨ ਜਾਣਾ ਚਾਹੁੰਦੇ ਆ ਤੇ ਭਾਰਤ ਗਰੰਟੀ ਮੰਗਦਾ ਕਿ ਉਹਨਾਂ ਤੋਂ ਪੁੱਛ ਪੜਤਾਲ ਤੇ ਹੋਰ ਗੱਲਾਂ ਦੇ ਵਿਚ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਲੱਗਦਾ ਇਹ ਹੈ ਕਿ ਇਸ ਮਾਮਲੇ ਚ ਪਾਕਿਸਤਾਨ ਇੱਕ ਬੜੀ ਵੱਡੀ ਸ਼ਰਾਰਤ ਖੇਡਦਾ ਪਿਆ। ਉਧਰ ਕੁਲਭੂਸ਼ਣ ਜਾਧਵ ਦਾ ਕੇਸ ਲੱਗਣਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿਚ, ਅੱਗੇ ਕੁਲਭੂਸ਼ਣ ਨੂੰ ਅੰਦਰ ਟਾਰਚਰ ਕਰਕੇ ਉਹਦੇ ਕੋਲੋਂ ਇਕਬਾਲ ਕਰਵਾਇਆ ਗਿਆ ਕਿ ਮੈਂ ਆ ਗੁਨਾਹ ਕੀਤੇ, ਜਦੋਂ ਅੰਦਰ ਬੈਠਾ ਹੋਵੇ ਬਿਜਲੀ ਦੇ ਝਟਕੇ ਦਿੱਤੇ ਜਾ ਰਹੇ ਹੋਣ, ਇਹ ਵੀ ਕੋਈ ਪਤਾ ਨੀ ਉਹਨੂੰ ਕੋਈ ਡਰੱਗ ਦੇ ਟੀਕੇ ਲਾ ਕੇ ਉਸ ਤੋਂ ਬਿਆਨ ਦਵਾਇਆ ਗਿਆ ਵੀ ਦਵਾਏ ਜਾ ਸਕਦੇ ਆ, ਇੱਕ ਤਰਫਾ ਕਾਰਵਾਈ ਚ ਉਹਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਉੱਥੇ ਕੋਈ ਕਾਨੂੰਨੀ ਕਾਰਵਾਈ ਤਾਂ ਬਹੁਤੀ ਚੱਲਦੀ ਨੀ ਪਈ। ਭਾਰਤ ਦੇ ਹਾਈ ਕਮਿਸ਼ਨ ਨੂੰ ਮਿਲਣ ਨਾ ਦਿੱਤਾ ਗਿਆ। ਹੁਣ ਪਾਕਿਸਤਾਨ ਨੂੰ ਜਦੋਂ ਪਤਾ ਕਿ ਤਰੀਕ ਸਿਰ ਤੇ ਆਈ ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਤੇ ਅਚਾਨਕ ਉਹਨਾਂ ਨੇ ਪੇਸ਼ਕਸ਼ ਕਰ ਦਿੱਤੀ ਹੈ ਕਿ ਇਹਦੀ ਘਰਵਾਲੀ ਆ ਕੇ ਇਹਨੂੰ ਮਿਲ ਸਕਦੀ ਹੈ। ਭਾਰਤ ਸਰਕਾਰ ਨੇ ਇੱਥੇ 3 ਸ਼ਰਤਾਂ ਲਈਆਂ। ਪਹਿਲੀ, ਜੋ ਕੱਲੀ ਨਹੀਂ ਜਾਵੇਗੀ। ਦੂਜੀ, ਵੀਜ਼ਾ ਦੇਣਾ ਤੇ ਉਹਦੀ ਮਾਂ ਨੂੰ ਵੀ ਦਿਓ ਤੇ ਦੋਵਾਂ ਤੋਂ ਕਿਸੇ ਕਿਸਮ ਦੀ ਕੋਈ ਪੁੱਛ ਪੜਤਾਲ ਨਹੀਂ ਕੀਤੀ ਜਾਵੇਗੀ। ਤੀਜੀ, ਕਿ ਜਦੋਂ ਇਹ ਜਾਣਗੀਆਂ ਤੇ ਇਹਨਾਂ ਦੋਵਾਂ ਦੇ ਨਾਲ ਹਾਈ ਕਮਿਸ਼ਨ ਦਾ ਸਟਾਫ ਦਾ ਕੋਈ ਨਾ ਕੋਈ ਬੰਦਾ ਹਰ ਵਕਤ ਰਵੇਗਾ ਵਾਰੀ ਨਾਲ, ਤਾਂ ਕਿ ਇਹਨਾਂ ਨੂੰ ਤੰਗ ਨਾ ਕੀਤਾ ਜਾਵੇ। ਇਹਦੇ ਪਿੱਛੇ ਕਾਰਨ ਕੀ ਹੈ? ਕੁਲਭੂਸ਼ਣ ਜਾਧਵ ਦਾ ਕੇਸ ਜਦੋਂ ਮਿਲਟਰੀ ਕੋਰਟ ਚ ਉੱਥੇ ਚੱਲਿਆ, ਉਸ ਕੇਸ ਦੇ ਵਿਚ ਵਾਰ ਵਾਰ ਇਹ ਜ਼ਿਕਰ ਕੀਤਾ ਗਿਆ ਕਿ ਜਦੋਂ ਕੁਲਭੂਸ਼ਣ ਆਉਂਦਾ ਸੀ ਇਹਦੀ ਪਤਨੀ ਵੀ ਆਉਂਦੀ ਰਹੀ ਹੈ। ਉਹਦੀ ਪਤਨੀ ਦਾ ਵਾਰ ਵਾਰ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਜਿਵੇਂ ਉਹ ਦੋਸ਼ੀ ਹੁੰਦੀ ਹੈ। ਹੁਣ ਬਹਾਨੇ ਨਾਲ ਪੇਸ਼ਕਸ਼ ਕਰਕੇ ਤੇ ਉਹਨੂੰ ਉੱਥੇ ਸੱਦਿਆ ਜਾ ਰਿਹਾ, ਉੱਥੇ ਗਈ ਤੋਂ ਕਹਿਣਗੇ ਜੀ ਦੇਸ਼ ਦੇ ਕਾਨੂੰਨ ਮੁਤਾਬਕ ਕਾਰਵਾਈ ਹੋਈ ਹੈ, ਫਾਈਲਾਂ ਚ ਇਹਦਾ ਨਾਂ ਬੋਲਦਾ ਸੀ, ਉਹ ਨਾ ਬੋਲਦਾ ਹੋਣ ਕਰਕੇ ਇਹਨੂੰ ਜਸੂਸੀ ਦੇ ਕੇਸ ਚ ਫੜ ਲਿਆ, ਅੱਗੇ ਕੁਲਭੂਸ਼ਣ ਉੱਥੇ ਫੜਿਆ ਪਿਆ, ਫਿਰ ਉਹਦੀ ਘਰਵਾਲੀ ਨੂੰ ਵੀ ਫੜ ਕੇ ਉੱਥੇ ਮੁਟਾ ਲੈਣਗੇ। ਭਾਰਤ ਸਰਕਾਰ ਨੇ ਇਸ ਕਰਕੇ 3 ਸ਼ਰਤਾਂ ਲਾਈਆਂ ਨੇ ਕਿਉਂਕਿ ਪਾਕਿਸਤਾਨ ਦੇ ਵਿਚ ਸਰਕਾਰ ਨਾਂ ਦੀ ਚੀਜ਼ ਕੋਈ ਨੀ। ਪਹਿਲਾਂ ਪ੍ਰਧਾਨ ਮੰਤਰੀ ਭ੍ਰਿਸ਼ਟਾਚਾਰ ਦੇ ਕੇਸ ਚ ਡਿਸਮਿਸ ਹੋ ਗਿਆ, ਦੂਜਾ ਆਪਣੀ ਥਾਂ ਤੇ ਡਰਿਆ ਫਿਰਦਾ, ਪੁਲਿਸ ਫੌਜ ਇਹਨਾਂ ਦੇ ਕੰਟਰੋਲ ਵਿਚ ਨਹੀਂ, ਆਰਮੀ ਆਪਣੀ ਮਰਜ਼ੀ ਕਰਦੀ ਪਈ ਆ। ਉੱਥੇ ਗਿਆ ਤੋਂ ਜੇ ਇਹਨਾਂ ਨੂੰ ਫੜ ਕੇ ਇਸ ਤਰ੍ਹਾਂ ਦਾ ਕੇਸ ਉਹ ਬਣਾ ਦੇਣ ਤੇ ਦੁਨੀਆਂ ਦੀ ਕੋਈ ਤਾਕਤ ਫਿਰ ਉਹਨਾਂ ਤੋਂ ਛੁਡਾ ਨਹੀਂ ਸਕਦੀ। ਅਮਰੀਕਾ ਵਾਲੇ ਵੀ ਧਮਕੀਆਂ ਦੇ ਸਕਦੇ, ਦਬਕਾ ਮਾਰ ਸਕਦੇ ਆ, ਉਹਨਾਂ ਤੋਂ ਬੰਦਾ ਨਹੀਂ ਛੁਡਾ ਸਕਦੇ। ਜੀ ਤੇ ਪੰਨੂ ਸਾਹਿਬ, ਹੁਣ ਤਾਂ ਕੈਂਸਰ ਦੇ ਬਾਰੇ ਨਵੀਆਂ ਨਵੀਆਂ ਖੋਜਾਂ ਹੋਣ ਲੱਗ ਗਈਆਂ। ਅਸਾਮ ਦਾ ਇੱਕ ਮੰਤਰੀ ਕਹਿੰਦਾ ਜੀ ਕੈਂਸਰ ਹੈ ਜਿਹੜਾ, ਜੀ ਇਹ ਤਾਂ ਤੁਹਾਡੇ ਪਿਛਲੇ ਕੀਤੇ ਕਰਾਏ ਜਨਮਾਂ ਦਾ ਫਲ ਹੈ। ਇਹ ਹੁਣ ਜਦੋਂ ਬੰਦਾ ਬੀਜੇਪੀ ਚੱਲ ਜਾਵੇ ਫਿਰ ਉਹਦੇ ਜਿਹੜਾ ਗਿਆਨ ਦੇ ਸੋਮੇ ਆ ਕਈ, ਮੇਰਾ ਖਿਆਲ ਉਹ ਇੱਕ ਤੀਸਰੀ ਅੱਖ ਵੀ, ਉਹਦਾ ਤੀਸਰਾ ਨੇਤਰ ਵੀ ਖੁੱਲ ਜਾਂਦਾ ਜਾਪਦਾ। ਸਾਡਾ ਪ੍ਰਧਾਨ ਮੰਤਰੀ ਜਦੋਂ ਇਹ ਕਹਿੰਦਾ ਕਿ ਭਾਰਤ ਸਾਇੰਸ ਤੇ ਬਾਕੀ ਗੱਲਾਂ ਦੇ ਵਿਚ ਸਾਰੀ ਦੁਨੀਆਂ ਤੋਂ ਅੱਗੇ ਆ, ਜਦੋਂ ਅਜੇ ਕਿਸੇ ਨੂੰ ਇੱਥੇ ਚੀਰਾ ਦੇਣਾ ਨਹੀਂ ਸੀ ਆਉਂਦਾ ਫੋੜੇ ਨੂੰ, ਉਦੋਂ ਭਾਰਤ ਦੇ ਵਿਚ ਪਲਾਸਟਿਕ ਸਰਜਰੀ ਹੁੰਦੀ ਸੀ, ਇੱਕ ਬੱਚੇ ਦਾ ਸਿਰ ਲੱਥ ਗਿਆ ਸੀ ਤੇ ਹਾਥੀ ਦਾ ਸਿਰ ਵੱਢ ਕੇ ਉਹਦੇ ਨਾਲ ਲਾ ਦਿੱਤਾ ਗਿਆ ਤੇ ਸਾਡੇ ਗਣੇਸ਼ ਭਗਵਾਨ ਬਣ ਗਏ। ਸਾਡਾ ਪ੍ਰਧਾਨ ਮੰਤਰੀ ਕਹਿੰਦਾ ਜੀ ਪਲਾਸਟਿਕ ਸਰਜਰੀ ਸੀ ਉਦੋਂ, ਉਹਦਾ ਕਮਾਲ ਹੈ। ਉਸ ਪਾਰਟੀ ਵਿਚੋਂ ਇੱਕ ਬੰਦਾ ਹੇਮੰਤ ਮਿਸਰਾ, ਹੇਮੰਤ ਸ਼ਰਮਾ, ਉਹ ਸ਼ਰਮਾ ਨੀ ਸ਼ਰਮਾ ਕਹਿੰਦੇ ਅਸਾਮ ਵਾਲੇ, ਉਹ ਨਵੇਂ ਭਰਤੀ ਹੋਏ ਟੀਚਰਾਂ ਨਾਲ ਗੱਲ ਕਰਦਾ ਪਿਆ ਤੇ ਕਹਿੰਦਾ ਪਾਪ ਨਾ ਕਰਿਓ, ਜਿਹੜਾ ਕੋਈ ਪਾਪ ਕਰੇ ਉਹਨੂੰ ਕੈਂਸਰ ਹੋ ਜਾਂਦਾ, ਮੈਂ ਪਤਾ ਕਰਵਾ ਲਿਆ, ਕੈਂਸਰ ਜਿਹੜਾ ਉਹ ਪਿਛਲੇ ਜਨਮ ਦੇ ਕੀਤੇ ਪਾਪਾਂ ਦਾ ਫਲ ਹੁੰਦਾ। ਇਹ ਬੰਦਾ ਹੈਲਥ ਮਿਨਿਸਟਰ ਕਹਿ ਰਿਹਾ,
ਜੀ ਹੁਣ ਪਹਿਲੀ ਗੱਲ ਤਾਂ ਇਹ ਕਿ ਪਿਛਲੇ ਜਨਮ ਨੂੰ ਅਸੀਂ ਤੇ ਮੰਨਦੇ ਮੁੰਦੇ ਕੋਈ ਨੀ, ਤੇ ਜੇ ਮੰਨਦੇ ਵੀ ਜਿਹੜੇ ਹੋਣ ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਹਿੰਦੁਸਤਾਨ ਦਾ ਕਾਨੂੰਨ 7 ਸਾਲ ਦੇ ਬੱਚੇ ਨੂੰ 7 ਸਾਲ ਤੋਂ ਛੋਟੇ ਨੂੰ ਕਿਸੇ ਵੀ ਜੁਰਮ ਦੇ ਵਿੱਚ ਸ਼ਾਮਲ ਨਹੀਂ ਮੰਨਦਾ, ਉਹਨੂੰ ਇਨੋਸੈਂਟ ਗਿਣਿਆ ਜਾਂਦਾ। ਦੂਸਰਾ ਇਹ ਕਿ ਇਹ 7 ਸਾਲ ਵਾਲੀ ਗੱਲ ਵੀ ਹਿੰਦੁਸਤਾਨ ਦੇ ਕਾਨੂੰਨ ਚ ਉਦੋਂ ਆਈ ਹੈ ਜਦੋਂ ਹਿੰਦੁਸਤਾਨ ਦੇ ਮਿਥਿਹਾਸ ਵਿਚ ਸੀ। ਪਹਿਲਾਂ ਹਿੰਦੁਸਤਾਨ ਦਾ ਜਿਹੜਾ ਹਿੰਦੂ ਮਿਥਿਹਾਸ ਹੈ ਉਹਦੇ ਵਿਚ ਵੀ ਇਹ ਕਿ 7 ਸਾਲ ਤੱਕ ਦੇ ਬੱਚੇ ਨੂੰ ਦੇਵੀ ਦੇਵਤੇ ਵੀ ਧਰਮਰਾਜ ਵੀ ਉਹ ਸਾਰੇ ਇਨੋਸੈਂਟ ਗਿਣਦੇ ਰਹੇ। ਸਾਡੇ ਭਾਰਤ ਵਿਚ 7 ਕੀ 2-2 ਸਾਲ ਦੇ ਬੱਚਿਆਂ ਨੂੰ ਵੀ ਕੈਂਸਰ ਹੈ, ਤੇ ਜੇ ਅਸੀਂ ਪਾਪਾਂ ਦਾ ਫਲ ਹੀ ਆਖੀਏ ਤੇ ਪਾਪਾਂ ਦਾ ਫਲ ਬੱਚੇ ਨੂੰ ਤੇ ਮਿਲ ਨਹੀਂ ਸਕਦਾ। ਬੱਚਾ ਤੇ 7 ਸਾਲ ਤੋਂ ਛੋਟੀ ਉਮਰ ਚ ਇਨੋਸੈਂਟ ਹੁੰਦਾ, ਛੋਟੇ ਛੋਟੇ ਬੱਚਿਆਂ ਨੂੰ ਕੈਂਸਰ ਕਿਉਂ ਹੋ ਰਿਹਾ? ਆਸਾਮ ਦੇ ਹੈਲਥ ਮਿਨਿਸਟਰ ਨੂੰ ਦੱਸਣਾ ਚਾਹੀਦਾ। ਕਾਂਗਰਸ ਦੇ ਸਾਬਕਾ ਮੰਤਰੀ ਪੀ ਚਿਦੰਬਰਮ ਨੇ ਉੱਥੇ ਟਕੋਰ ਲਾਈ ਕਿ ਬੀਜੇਪੀ ਜਾ ਕੇ ਨਵੀਂ ਅਕਲ ਆ ਗਈ ਜਾਪਦੀ ਆ। ਆ ਜਿਹੜੀ ਥਿਊਰੀ ਤੁਸੀਂ ਦਿੰਦੇ ਆ ਹੈਲਥ ਮਿਨਿਸਟਰ ਹੋ ਕੇ, ਇਹ ਥਿਊਰੀ ਦੇਣ ਵਾਲੀ ਨਹੀਂ। ਤੇ ਉਹਨੇ ਅੱਗੋਂ ਆਖਿਆ ਜੀ ਤੁਹਾਨੂੰ ਕਾਂਗਰਸੀਆਂ ਨੂੰ ਉੱਤੇ ਨਾ ਯਕੀਨ ਹੋਊ, ਅਸੀਂ ਬੀਜੇਪੀ ਵਾਲੇ ਲੋਕ ਧਾਰਮਿਕ ਆ, ਸਾਡਾ ਇਸ ਗੱਲ ਤੇ ਯਕੀਨ ਆ ਕਿ ਪਾਪਾਂ ਦਾ ਫਲ ਵੀ ਮਿਲਦਾ, ਤੇ ਇਹ ਵੀ ਯਕੀਨ ਆ ਕਿ ਪਿਛਲੇ ਜਨਮ ਵੀ ਹੁੰਦਾ ਸੀ ਤੇ ਅੱਗੋਂ ਵੀ ਹੋਣਾ। ਹੁਣ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਬੰਦਾ ਹੈਲਥ ਮਿਨਿਸਟਰ ਇਹ ਕਹਿੰਦਾ ਕਿ ਸਾਨੂੰ ਬੀਜੇਪੀ ਵਾਲਿਆਂ ਨੂੰ ਯਕੀਨ ਹੈ ਤੇ ਤੁਹਾਨੂੰ ਕਾਂਗਰਸੀਆਂ ਨੂੰ ਧਰਮ ਤੇ ਯਕੀਨ ਨਹੀਂ, ਉਹ ਬੰਦਾ ਇੱਕ ਸਾਲ ਪਹਿਲਾਂ ਪਿਛਲੇ ਸਾਲ 1 ਅਕਤੂਬਰ ਤੱਕ ਕਾਂਗਰਸ ਵਿਚ ਹੁੰਦਾ ਸੀ। ਜਦੋਂ ਵਿਧਾਨ ਸਭਾ ਚੋਣਾਂ ਆਈਆਂ ਤੇ ਉਹਦੇ ਤੋਂ 2 ਮਹੀਨੇ ਪਹਿਲਾਂ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਲ ਹੋਇਆ ਸੀ, ਤੇ ਹੁਣ ਉਹ ਆਪਣੇ ਆਪ ਨੂੰ ਬੀਜੇਪੀ ਦਾ ਬੀਜੇਪੀ ਵਾਲੇ ਪੁਰਾਣੇ ਲੀਡਰਾਂ ਨਾਲੋਂ ਵੱਡਾ ਵਕੀਲ ਬਣ ਕੇ ਵਿਖਾਉਂਦਾ ਪਿਆ। ਇਹਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਪਾਪਾਂ ਦਾ ਫਲ ਹੈ ਕੈਂਸਰ ਤੇ ਫਲਾਣ। ਬੀਜੇਪੀ ਦੇ ਵੀ ਕੁਛ ਲੀਡਰ ਕੈਂਸਰ ਨਾਲ ਮਰੇ ਨੇ। ਅੱਜ ਕੱਲ ਇੱਕ ਲੀਡਰ ਉਹਨਾਂ ਦਾ ਕੌਮਾ ਚ ਪਿਆ, ਪਿਛਲੇ 3-4 ਸਾਲਾਂ ਤੋਂ ਵਿਚਾਰਾ ਬੋਲਣ ਜੋਗਾ ਨਹੀਂ। ਸਭ ਫਿਰ ਇਹਨਾਂ ਲੋਕਾਂ ਪਾਪ ਕੀਤੇ ਹੋਣਗੇ ਤੇ ਇੱਥੇ 36 ਪਾਪ ਕਰਨ ਵਾਲੇ ਸ਼ਰੇਆਮ ਹੀ ਤੁਰੇ ਫਿਰਦੇ ਨੇ, ਉੱਥੇ ਕੈਂਸਰ ਹੋਇਆ ਨੀ। ਇਹ ਨਵੀਆਂ ਨਵੀਆਂ ਥਿਊਰੀਆਂ ਅੱਜ ਕੱਲ ਲੱਗਦਾ ਕਿ ਬੀਜੇਪੀ ਕੋ ਤਰੱਕੀ ਕਰ ਰਹੀ ਆ, ਉਸ ਤਰੱਕੀ ਦੇ ਵਿਚ ਸ਼ਾਮਲ ਹੋ ਰਹੀਆਂ ਨੇ ਕਿ ਅੱਜ ਦੀ ਗੱਲ ਨਾ ਕਰੋ ਜਿਸ ਤਰ੍ਹਾਂ ਜੋਤਸ਼ੀ ਤੇ ਟੂਣੇ ਕਰਨ ਵਾਲੇ ਜਿਹੜੇ ਤੇ ਜੰਤਰ ਮੰਤਰ ਕਰਨ ਵਾਲੇ ਲੋਕਾਂ ਨੂੰ ਬੇਵਕੂ ਬਣਾਉਂਦੇ ਆ, ਉਹ ਜਾਂ ਪਿਛਲੇ ਜਨਮ ਦੀ ਗੱਲ ਕਰਦੇ ਆ ਜਾਂ ਅਗਲੇ ਦੀ ਕਰਦੇ ਆ, ਇਸ ਜਨਮ ਦੀ ਗੱਲ ਹੀ ਨੀ ਕਰਦੇ। ਉਹ ਕੰਮ ਅੱਜ ਕੱਲ ਬੀਜੇਪੀ ਦੇ ਲੀਡਰਾਂ ਨੇ ਸ਼ੁਰੂ ਕਰ ਲਿਆ ਜਾਪਦਾ ਜੀ। ਪੰਨੂ ਸਾਹਿਬ, ਕਾਲੀ ਸੂਚੀ ਇਹ ਮਾਮਲਾ ਹਮੇਸ਼ਾ ਹੀ ਸੁਰਖੀਆਂ ਦੇ ਵਿਚ ਰਹਿੰਦਾ, ਇਸ ਵਾਰ ਮਾਮਲਾ ਹਾਈ ਕੋਰਟ ਦੇ ਵਿਚ ਹੈ ਤੇ ਅਕਾਲੀ ਦਲ ਦਿੱਲੀ ਵਾਲੇ ਕਹਿੰਦੇ ਆ ਜੀ ਕਿ ਹੱਲ ਹੀ ਕਰ ਲਿਆ ਸੀ ਤਾਂ। ਨਾ ਇਹ ਹੱਲ ਹੋਇਆ ਨਾ ਹੋਣਾ, ਕੋਈ ਕਾਲੀ ਸੂਚੀ ਪੱਕੀ ਨੀ ਹੁੰਦੀ। ਇਹ ਨਾ ਤਾਂ ਵੋਟਰ ਲਿਸਟ ਹੈ ਤੇ ਨਾ ਰਾਸ਼ਨ ਕਾਰਡਾਂ ਦੀ ਸੂਚੀ ਹੈ। ਇੱਥੇ ਤਾਂ ਅੱਜ ਕੱਲ ਇਹ ਵੀ ਆ, ਪਿਛਲੇ ਸਾਲ ਪਤਾ ਨਾ ਵੋਟਾਂ ਪੈਣ ਵਾਲੀਆਂ ਸੀ ਤੇ ਬਠਿੰਡੇ ਦੇ ਵਿਚ ਬਾਦਲ ਸਰਕਾਰ ਦੇ ਵੇਲੇ 80,000 ਨੀਲੇ ਕਾਰਡ ਜਾਲੀ ਬਣ ਗਏ, ਜਿੱਥੇ ਨੀਲੇ ਕਾਰਡ ਵੀ ਇੰਨੇ ਇੰਨੇ ਜਾਲੀ ਬਣ ਸਕਦੇ ਆ ਇੱਕ ਜ਼ਿਲ੍ਹੇ ਚ 80,000। ਉੱਥੇ ਭਾਰਤ ਸਰਕਾਰ ਦੇ ਵਿਚ ਵੀ ਏਦਾਂ ਦੇ ਬਥੇਰੇ ਲੋਕ ਹੈਗੇ ਆ ਜਿਨ੍ਹਾਂ ਨੇ ਇਸ ਸੂਚੀ ਦੇ ਨਾਂ ਤੇ ਬਥੇਰਾ ਤਾਂ ਠਾਂ ਕੀਤਾ ਪਿਆ। ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਇਹ ਸੂਚੀ ਕਦੋਂ ਸ਼ੁਰੂ ਹੋਈ। 1971 ਦੀ ਭਾਰਤ ਪਾਕਿਸਤਾਨ ਜੰਗ ਜਦੋਂ ਬੰਗਲਾਦੇਸ਼ ਬਣਦਾ, ਉਹਦੇ ਤੋਂ ਪਹਿਲਾਂ ਪੰਜਾਬ ਦੀ ਅਕਾਲੀ ਸਰਕਾਰ ਚ ਇੱਕ ਖਜ਼ਾਨਾ ਮੰਤਰੀ ਹੁੰਦਾ ਸੀ ਡਾਕਟਰ ਜਗਜੀਤ ਸਿੰਘ ਚੌਹਾਨ ਜੀ। ਉਹਨਾਂ ਦਿਨਾਂ ਚ ਨਨਕਾਣਾ ਸਾਹਿਬ ਗਿਆ ਤੇ ਮੁੜ ਕੇ ਜੰਗ ਲੱਗ ਗਈ ਤੇ ਉੱਥੇ ਟਿਕ ਗਿਆ। ਉਦੋਂ ਅਜੇ ਖਾਲਿਸਤਾਨ ਦਾ ਨਾਂ ਨੀ ਸੀ ਕਿਸੇ ਨੇ ਸੁਣਿਆ, ਉਹ ਸਿੱਖ ਹੋਮਲੈਂਡ ਦੀਆਂ ਗੱਲਾਂ ਕਰਦਾ ਹੁੰਦਾ ਸੀ। ਉਹਨੇ ਉੱਥੋਂ ਕਹਿਤਾ ਸਿੱਖ ਫੌਜੀਆਂ ਨੂੰ ਕਿ ਭਾਰਤ ਸਰਕਾਰ ਦਾ ਸਾਥ ਨਾ ਦਿਓ ਤੇ ਤੁਸੀਂ ਸਿੱਖ ਫੌਜੀ ਦਿੱਲੀ ਵੱਲ ਨੂੰ ਬੰਦੂਕਾਂ ਦੇ ਮੂੰਹ ਪਵਾ ਲਓ। ਫਿਰ ਜੰਗ ਖਤਮ ਹੋ ਗਈ ਤੇ ਪਾਕਿਸਤਾਨ ਵਾਲਿਆਂ ਨੂੰ ਉਹਦੀ ਲੋੜ ਨਾ ਰਹੀ, ਖਰਚਾ ਦੇਣ ਨੂੰ ਹਟ ਗਏ। ਉਹ ਇੰਗਲੈਂਡ ਚਲਾ ਗਿਆ, ਉੱਥੇ ਜਾ ਕੇ ਪੋਲੀਟੀਕਲ ਰਿਫਿਊਜੀ ਬਣ ਗਿਆ, ਭਾਰਤ ਦੇ ਖਿਲਾਫ਼ ਪ੍ਰਚਾਰ ਕਰਨ ਲੱਗ ਪਿਆ। ਭਾਰਤ ਸਰਕਾਰ ਨੇ ਉਦੋਂ ਇੱਕ ਕਾਲੀ ਸੂਚੀ ਬਣਾਈ ਸੀ ਜਿਹਦੇ ਵਿਚ ਜਗਜੀਤ ਸਿੰਘ ਚੌਹਾਨ ਤੇ ਇਹਦੇ ਵਰਗੇ 5-7 ਬੰਦੇ ਹੋਰ ਪਏ ਸਨ ਜੀ। ਫਿਰ ਜਦੋਂ ਐਮਰਜੈਂਸੀ ਤੋਂ ਬਾਅਦ ਹਾਲਾਤ ਬਦਲੇ, ਪੰਜਾਬ ਚ ਬਾਦਲ ਸਾਹਿਬ ਦੀ ਸਰਕਾਰ ਬਣੀ ਤੇ ਉਹਨੇ ਪਹੁੰਚ ਕਰਕੇ ਆਖਿਆ ਜੀ ਮੇਰਾ ਵਿਰੋਧ ਤੇ ਇੰਦਰਾ ਗਾਂਧੀ ਨਾਲ ਸੀ ਤੇ ਦਿੱਲੀ ਸਰਕਾਰ ਨਾਲ ਸੀ, ਤੁਹਾਡੇ ਨਾਲ ਕੋਈ ਨੀ। ਇਹਨਾਂ ਨੇ ਸੂਚੀ ਚੋਂ ਨਾ ਕਢਾ ਤਾ, ਉਹ ਇੱਥੇ ਆ ਗਿਆ। ਆਉਂਦੇ ਸਾਰ ਹੀ ਉਹਨੇ ਇੱਕ ਮੋਰਚਾ ਲਾ ਦਿੱਤਾ ਕਿ ਆਨੰਦਪੁਰ ਸਾਹਿਬ ਤੋਂ ਅਸੀਂ ਜਾਵਾਂਗੇ, ਅਸੀਂ ਇੱਕ ਟਰਾਂਜਿਸਟਰ ਲਿਆਂਦਾ, ਟਰਾਂਸਮੀਟਰ ਲਿਆਂਦਾ ਤੇ ਅੰਮ੍ਰਿਤਸਰ ਦਰਬਾਰ ਸਾਹਿਬ ਚ ਟਰਾਂਸਮੀਟਰ ਲਾਉਣਾ, ਇੱਥੋਂ ਗੁਰਬਾਣੀ ਕੀਰਤਨ ਰਿਲੇਅ ਕਰਿਆ ਕਰਾਂਗੇ। ਕੋਈ ਟਰਾਂਸਮੀਟਰ ਨਹੀਂ ਸੀ ਉਦੋਂ, ਵੱਡੇ ਵੱਡੇ
ਟੀਵੀ ਸੈੱਟ ਨਾਲੋਂ ਵੱਡੇ ਸੈੱਟ ਹੁੰਦੇ ਸੀ, 5 ਬੈਂਡ ਦੇ ਰੇਡੀਓ ਵਾਲੇ, ਉਹ ਰੇਡੀਓ ਸੈੱਟ ਸਿਰ ਤੇ ਚੁੱਕ ਕੇ ਤੇ ਫੋਟੋ ਖਿਚਾਉਂਦੇ ਜੀ ਅਸੀਂ ਅੰਮ੍ਰਿਤਸਰ ਜਾ ਕੇ ਲਾਗੂ ਇਹਨੂੰ ਇੰਸਟਾਲ ਕਰਨਾ। ਮਕਸਦ ਇਹ ਸੀ ਕਿ ਰਾਜ ਸਾਨੂੰ ਪੁਲਿਸ ਫੜ ਲਏ, ਤੇ ਪੁਲਿਸ ਫੜਦੀ ਨੀ ਸੀ, ਪੁਲਿਸ ਵਾਲੇ ਹੱਸੀ ਜਾਂਦੇ ਸੀ। ਉਹ ਫਿਰ ਜਿਹੜਾ ਅੰਮ੍ਰਿਤਸਰ ਤੱਕ ਦਾ ਫਾਸਲਾ 3 ਘੰਟਿਆਂ ਚ ਅਨੰਦਪੁਰ ਸਾਹਿਬ ਤੋਂ ਕੀਤਾ ਜਾ ਸਕਦਾ, ਉਹਨਾਂ ਨੇ 3 ਮਹੀਨਿਆਂ ਤੋਂ ਵੱਧ ਲਾ ਤੇ, ਇੱਕ ਪਿੰਡ ਚੱਲ ਜਾਣ ਉੱਥੇ ਕਥਾ ਕਰਨ, ਅਗਲੇ ਪਿੰਡ ਚੱਲ ਜਾਣ ਲੋਕਾਂ ਦੇ ਕੋਲ ਪ੍ਰਚਾਰ ਕਰਨ, ਥੋੜੇ ਬਹੁਤ ਪੈਸੇ ਪੂਏ ਇਕੱਠੇ ਕਰਨ, ਅਗਲੇ ਥਾਂ ਚੱਲ ਜਾਣ। ਅੰਮ੍ਰਿਤਸਰ ਜਾ ਕੇ ਫਿਰ ਕਿਸੇ ਨਾ ਫੜਿਆ, ਤੇ ਫਿਰ ਉੱਥੇ ਜਾ ਕੇ ਤੇ ਜਮਾਂ ਕਰਾ ਤਾ ਲਾਕਰ ਦੇ ਵਿੱਚ, ਕਹਿੰਦੇ ਜੀ ਮਿੱਥੇ ਸਮੇਂ ਤੇ ਲਾਵਾਂਗੇ। ਇੱਥੋਂ ਫਿਰ ਉਹ ਵਾਪਸ ਚਲਾ ਗਿਆ ਤੇ ਜਾਣ ਲੱਗਿਆ ਖਾਲਿਸਤਾਨ ਦਾ ਇੱਕ ਨੋਟ ਜਾਰੀ ਕਰ ਗਿਆ, ਕਰੰਸੀ ਨੋਟ, ਜਿਹਦਾ ਕੋਈ ਮਤਲਬ ਨੀ, ਸਿਰਫ ਇੱਕ ਡਰਾਮਾ ਸੀ। ਉਦੋਂ ਬਾਅਦ ਪੰਜਾਬ ਵਿੱਚ ਫਿਰ ਹਾਲਾਤ ਵਿਗੜ ਗਏ ਸਨ। ਕੁਝ ਲੋਕ ਤੇ ਉਹ ਸੀ ਇੱਥੋਂ ਭੱਜ ਕੇ ਗਏ ਜਿਨ੍ਹਾਂ ਦਾ ਭਾਰਤ ਸਰਕਾਰ ਨਾਲ ਵਿਰੋਧ ਸੀ, ਕਈ ਇਹੋ ਜਿਹੇ ਲੋਕ ਸੀ ਜਿਨ੍ਹਾਂ ਦਾ ਭਾਰਤ ਸਰਕਾਰ ਨਾਲ ਕੋਈ ਵਿਰੋਧ ਨਹੀਂ ਸੀ, ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਸੀ, ਉੱਥੇ ਰਹਿਣ ਦਾ ਹੋਰ ਕੋਈ ਤਰੀਕਾ ਨਹੀਂ ਸੀ ਬਣਦਾ, ਤੇ ਉਹਨਾਂ ਨੇ ਉੱਥੇ ਜਾ ਕੇ ਆਪਣੇ ਆਪ ਨੂੰ ਖਾਲਿਸਤਾਨੀ ਕਹਿ ਦਿੱਤਾ, ਪੈਸੇ ਦੇ ਕੇ ਕੁਝ ਲੋਕਾਂ ਪੈਸੇ ਦੇ ਕੇ ਵੀ ਕਰਵਾਇਆ, ਕੁਝ ਲੋਕਾਂ ਨੇ ਬਗੈਰ ਪੈਸਿਆਂ ਤੋਂ ਵੀ ਸਰਕਾਰ ਨੂੰ ਆਖਿਆ ਜੀ ਸਾਡੀ ਜਾਨ ਨੂੰ ਹਿੰਦੁਸਤਾਨ ਚ ਖਤਰਾ, ਤੇ ਉਦੋਂ ਸਰਕਾਰਾਂ ਮੰਨ ਲੈਂਦੀਆਂ ਸੀ, ਜਰਮਨੀ, ਫਰਾਂਸ, ਇੰਗਲੈਂਡ, ਅਮਰੀਕਾ ਸਾਰਿਆਂ ਨੇ ਮੰਨਿਆ, ਤੇ ਉੱਥੇ ਜਾ ਕੇ ਪੋਲੀਟੀਕਲ ਰਿਫਿਊਜੀ ਬਣ ਗਏ। ਉਹ ਖਾਲਿਸਤਾਨੀ ਕੋਈ ਨਹੀਂ ਸੀ, ਉਹਨਾਂ ਚੋਂ ਕਈਆਂ ਲੋਕਾਂ ਦੇ ਨਾਂ ਕਾਲੀ ਸੂਚੀ ਚ ਪੈ ਗਏ ਜਿਹੜੇ ਕਿਸੇ ਨੇ ਚੁਗਲੀ ਮਾਰ ਕੇ ਪਵਾ ਤੇ, ਤੇ ਕਈਆਂ ਦੇ ਨਹੀਂ ਵੀ ਪਏ, ਕਈ ਇਹੋ ਜਿਹੇ ਲੋਕ ਹੈ ਜਿਨ੍ਹਾਂ ਦਾ ਕਦੇ ਕੋਈ ਕਾਲੀ ਸੂਚੀ ਚ ਨਾਂ ਨੀ ਪਿਆ, ਉੱਥੇ ਉਹਨਾਂ ਨੇ ਆਪਣੇ ਆਪ ਨੂੰ ਖਾਲਿਸਤਾਨੀ ਲਿਖਾਇਆ ਪਰ ਨਾਂ ਨੀ ਪਿਆ। ਦੂਸਰੀ ਗੱਲ ਇਹ ਹੋਈ ਕਿ ਜਦੋਂ ਸੂਚੀ ਬਣ ਗਈ ਤੇ ਸੂਚੀ ਬਦਲਦੀ ਰਹੀ, ਉਹ ਚ ਕਈਆਂ ਲੋਕਾਂ ਦੇ ਨਾਂ ਨਵੇਂ ਪੈ ਗਏ, ਕਈਆਂ ਦੇ ਕੱਟੇ ਗਏ, ਫਿਰ ਕਈਆਂ ਦੇ ਪੈ ਗਏ, ਕਈਆਂ ਦੇ ਕੱਟੇ ਗਏ, ਏਦਾਂ ਹੀ ਚੱਲਦਾ ਰਿਹਾ। 1997 ਚ ਬਾਦਲ ਸਾਹਿਬ ਤੀਜੀ ਵਾਰੀ ਮੁੱਖ ਮੰਤਰੀ ਬਣੇ ਤੇ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਸੀ, ਇਹਨਾਂ ਨੇ ਉਸ ਕਾਲੀ ਸੂਚੀ ਵਾਲਾ ਮਾਮਲਾ ਖਤਮ ਕਰਨ ਦੀ ਸਲਾਹ ਕੀਤੀ, ਤੇ ਜਿਹੜਾ ਭਾਰਤ ਦੇ ਖਿਲਾਫ ਪ੍ਰਚਾਰ ਦਾ ਸਭ ਤੋਂ ਵੱਡਾ ਲੀਡਰ ਸੀ ਅਮਰੀਕਾ ਚ ਬੈਠਾ, ਜਿਹੜਾ ਇਹ ਕਹਿੰਦਾ ਸੀ ਕਿ ਜੇ ਸਿੱਖਾਂ ਦਾ ਵੱਖਰਾ ਰਾਜ ਹੋਵੇ ਤੇ ਸਾਰੇ ਪੰਜਾਬ ਦੀ ਧਰਤੀ ਤੇ ਨੋਟ ਵਿਛਾ ਦੂ, ਇਹਨਾਂ ਨੇ ਉਹਨੂੰ ਉੱਥੇ ਪੰਜਾਬ ਚ ਸੱਦਿਆ। ਉਹ 15 ਦਿਨ ਇਹਨਾਂ ਦਾ ਸਟੇਟ ਗੈਸਟ ਬਣਿਆ, ਸਰਕਾਰੀ ਗੈਸਟ ਹਾਊਸਾਂ ਤੇ ਰੈਸਟ ਹਾਊਸਾਂ ਚ ਰਿਹਾ, 10-10, 20-20 ਗੱਡੀਆਂ ਦਾ ਕਾਫਲਾ ਉਹਦੇ ਨਾਲ ਸੀ, ਪ੍ਰਧਾਨ ਮੰਤਰੀ ਮੁੱਖ ਮੰਤਰੀ ਉਹਨੂੰ ਨਾਲ ਲਈ ਫਿਰਦੇ ਰਹੇ। ਜਦੋਂ ਵਾਪਸ ਗਿਆ ਤੇ ਉੱਥੇ ਜਾ ਕੇ ਉਹਨੇ ਮੀਟਿੰਗ ਕਰਾਈ, ਤੇ ਉਸ ਮੀਟਿੰਗ ਚ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ਦਾ 1 ਕਰੋੜ ਰੁਪਏ ਦਾ ਇਨਾਮ ਰੱਖਤਾ। ਇਹਨਾਂ ਨੇ ਉਹਨੂੰ ਇੱਥੋਂ ਕਾਲੀ ਸੂਚੀ ਚੋਂ ਕੱਢਤਾ ਸੀ, ਉਹਨੇ ਜਾ ਕੇ ਫਿਰ ਬਾਦਲ ਦੇ ਸਿਰ ਦਾ ਇਨਾਮ ਰੱਖਤਾ, ਇਹਨਾਂ ਨੇ ਫਿਰ ਕਾਲੀ ਸੂਚੀ ਚ ਪਾ ਦਿੱਤਾ। ਕਈ ਲੋਕ ਇੱਥੇ ਇਹੋ ਜਿਹੇ ਆ ਜਿਨ੍ਹਾਂ ਦਾ ਨਾਂ ਕਾਲੀ ਸੂਚੀ ਚ ਏਦਾਂ ਹੀ ਕਿਸੇ ਨਾ ਕਿਸੇ ਨੇ ਪਵਾਇਆ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਉਹ ਵਿਚਾਰੇ ਬਿਨਾਂ ਵਜ੍ਹਾ ਹੀ ਸਾਰੀ ਉਮਰ ਖਰਾਬ ਹੁੰਦੇ ਰਹੇ। ਤੇ ਕਈ ਇਹੋ ਜਿਹੇ ਬੰਦੇ ਆ ਜਿਹੜੇ ਉੱਥੇ ਹਰ ਵਾਰੀ ਹਾਈ ਕਮਿਸ਼ਨ ਦੇ ਜਾਂ ਅੰਬੈਸੀ ਦੇ ਬਾਹਰ ਮੁਜ਼ਾਹਰਾ ਕਰਦੇ ਆ, ਕਾਲੀ ਸੂਚੀ ਰੱਦ ਕਰਨ ਦੀ ਮੰਗ ਕਰਦੇ ਆ, ਤੇ 6 ਮਹੀਨਿਆਂ ਬਾਅਦ ਅਸੀਂ ਇੱਥੇ ਵੇਖਦੇ ਹਾਂ ਕਿਸੇ ਵਿਆਹ ਤੇ ਆਏ ਹੁੰਦੇ ਆ, ਉੱਥੇ ਮੰਤਰੀਆਂ ਦੇ ਨਾਲ ਤੁਰੇ ਫਿਰਦੇ ਹੁੰਦੇ ਆ, ਤੇ ਫਿਰ ਪੁੱਛੀਦਾ ਵੀ ਤੁਸੀਂ ਤੇ ਕਾਲੀ ਸੂਚੀ ਦੇ ਖਿਲਾਫ਼ ਰੌਲਾ ਪਾਉਂਦੇ ਸੀ, ਤੁਹਾਡਾ ਨਾਂ ਕਾਲੀ ਸੂਚੀ ਚ ਹੁੰਦਾ, ਫਿਰ ਤੁਸੀਂ ਇੱਥੇ ਆ ਕਿੱਦਾਂ ਜਾਂਦੇ? ਤੇ ਉਹ ਹੱਸ ਪੈਂਦੇ ਆ, ਜਵਾਬ ਅੱਗੋਂ ਕੋਈ ਨੀ ਦਿੰਦੇ, ਕਿਉਂਕਿ ਦੋਵੇਂ ਬੇੜੀਆਂ ਦੋ ਬੇੜੀਆਂ ਦੇ ਉੱਤੇ ਪੈਰ ਰੱਖਣ ਵਾਲੇ ਲੋਕ ਆ, ਉਹਨਾਂ ਨੇ ਬਹੁਤਾ ਮਾਹੌਲ ਖਰਾਬ ਕੀਤਾ ਪਿਆ। ਏਦਾਂ ਦੇ ਕਈ ਮੌਕੇ ਆਏ ਆ ਜਿੱਥੇ ਕਈਆਂ ਲੋਕਾਂ ਦੇ ਨਾਂ ਰਲਦੇ ਸੀ, ਕਾਲੀ ਸੂਚੀ ਵਾਲਾ ਬੰਦਾ ਚੱਕਰ ਮਾਰ ਕੇ ਮੁੜ ਗਿਆ, ਉਹਨੂੰ ਕਿਸੇ ਫੜਿਆ ਨੀ, ਤੇ ਉਸੇ ਰਲਦੇ ਨਾਂ ਵਾਲਾ ਬੰਦਾ ਪੰਜਾਬ ਚ ਆਇਆ, ਸਰਨੇਮ ਰਲਦਾ ਹੋਵੇ। ਹੁਣ ਇੱਥੇ ਕੋਈ ਆਪਾਂ ਫਰਜ਼ ਕਰੋ ਕਹਿ ਦਈਏ ਸੁਰਿੰਦਰ ਸਿੰਘ ਰੰਧਾਵਾ, ਆਪਾਂ ਕੋਈ ਕਹਿ ਦਈਏ ਤਰਲੋਕ ਸਿੰਘ ਸਿੱਧੂ, ਕੋਈ ਏਦਾਂ ਦਾ ਨਾਂ ਕਹਿ ਦਈਏ, ਇਸ ਇੱਕ ਨਾਂ ਵਾਲੇ ਤੁਹਾਨੂੰ 5-5 ਹਜ਼ਾਰ ਬੰਦੇ ਵੀ ਮਿਲ ਸਕਦੇ ਆ। ਕਈ ਨਾਂ ਬੜੇ ਕਾਮਨ ਹੁੰਦੇ ਆ, ਉਹਨਾਂ ਕਾਮਨ ਨਾਵਾਂ ਵਾਲੇ ਬੰਦੇ ਜਿਹੜੇ ਜਦੋਂ ਇੱਥੇ ਆਉਂਦੇ ਆ, ਨਾਂ ਰਲਦਾ ਸਰਨੇਮ ਰਲਦਾ, ਏਅਰਪੋਰਟ ਤੇ ਅਗਲੇ ਪਾਸੇ ਕਰਕੇ ਬਿਠਾ ਦਿੰਦੇ ਆ, ਫਿਰ ਪੁਲਿਸ ਨੂੰ ਸੱਦ ਲੈਂਦੇ ਆ, ਉਹ ਖੱਜਲ ਹੁੰਦੇ ਰਹਿੰਦੇ ਆ। ਤੇ ਜਿਹੜੇ ਦੂਸਰੇ ਬੰਦੇ ਜਿਨ੍ਹਾਂ ਦੇ ਨਾਂ ਕਾਲੀ ਸੂਚੀ ਚ ਨੇ, ਉਹਨਾਂ ਚ 90% ਉਹ ਬੰਦੇ ਆ ਜਿਹੜੇ ਇੱਥੇ ਆਉਂਦੇ ਆ ਤੇ ਕਿਸੇ ਨਾ ਕਿਸੇ ਅਫਸਰ ਜਾਂ ਲੀਡਰ ਦੇ ਨਾਲ ਪਹਿਲਾਂ ਆਖਰ ਲਾਈ ਹੁੰਦੀ ਆ, ਉਹ ਏਅਰਪੋਰਟ ਦੇ ਉੱਤੇ ਆਪਣੇ ਬੰਦਿਆਂ ਨੂੰ ਕਹਿ ਦਿੰਦਾ ਤੇ ਉਹਨੂੰ ਰਾਮ ਨਾਲ ਲੰਘਾਉਂਦੇ ਆ, ਤੇ ਓਦਾਂ ਹੀ ਉਹ ਮੁੜ ਜਾਂਦੇ ਆ। ਇਹ ਕਾਲੀ ਸੂਚੀ ਵੀ ਇੱਕ ਡਰਾਮਾ ਬਣਿਆ ਪਿਆ। ਇੱਕ ਮੌਕਾ ਚਾਹੀਦਾ ਇਹੋ ਜਿਹਾ ਜਦੋਂ ਭਾਰਤ ਸਰਕਾਰ ਇਹ ਆਖੇ ਕਿ ਅਸੀਂ ਇਸ ਸੂਚੀ ਨੂੰ ਨਵੇਂ ਸਿਰਿਓਂ ਪੜਚੋਲਣ ਲੱਗੇ ਆ, ਜਿਹੜੇ ਇਹਨਾਂ ਚ ਨਾਂ ਆਊਟਡੇਟਡ ਹੋ ਗਏ ਆ, ਕਈ ਮਰ ਗਏ, ਕਈ ਹੁਣ ਇੰਨੇ ਬੁੜੇ ਹੋ ਗਏ ਕਿ ਉਹਨਾਂ ਨੇ ਕੁਛ ਕਰਨਾ ਹੀ ਨਹੀਂ, ਉਹਨਾਂ ਦੇ ਨਾਂ ਕੱਢ ਦੇਣੇ ਚਾਹੀਦੇ। ਜਿੱਥੇ ਕੋਈ ਜਾਪਦਾ ਕਿ ਬਹੁਤਾ ਹੀ ਭਾਰਤ ਸਰਕਾਰ ਨਾਲ ਉਹਨੇ ਕੋਈ ਵਾਢਾ ਲਾਇਆ ਪਿਆ, ਬੜੀ ਟੱਕਰ ਚੱਲਦੀ ਪਈ ਆ, ਉਹ ਰੱਖਣਾ ਰੱਖੀ ਫਿਰਨ, ਕੋਈ ਬਹੁਤਾ ਫਰਕ ਨਹੀਂ ਪੈਂਦਾ, ਉਹ ਉੱਥੇ ਆਪਣੀ ਥਾਂ ਬੈਠਾ, ਇਹ ਇੱਥੇ ਉਹਦਾ ਨਾਂ ਲਿਖੀ ਫਿਰਨ, ਕੀ ਫਰਕ ਪੈ ਜੂਗਾ? ਪਰ ਬਹੁਤੇ ਨਾਂ ਉਹਨਾਂ ਚ ਉਹ ਨੇ, 90% ਨਾਂ ਉਹਦੇ ਚ ਉਹ ਨੇ ਜਿਹੜੇ ਭਾਰਤ ਸਰਕਾਰ ਦੇ ਖਿਲਾਫ਼ ਨੀਗੇ, ਕਿਸੇ ਨਾ ਕਿਸੇ ਕਾਰਨ ਉਹਨਾਂ ਦਾ ਨਾਂ ਉਹਦੇ ਚ ਚੜ ਗਿਆ,
ਉਹ ਲਿਸਟ ਇੱਕ ਵਾਰੀ ਸੋਧ ਲੈਣੀ ਚਾਹੀਦੀ ਹੈ। ਜੇ ਸੋਧ ਲਈ ਜਾਵੇ ਤੇ ਜਿਹੜੇ ਲੀਡਰ ਤੇ ਅਫਸਰ ਹਰ ਵਾਰੀ ਲਿਸਟ ਸੋਧਣ ਦੇ ਨਾਂ ਤੇ ਇਧਰੋਂ ਉਧਰੋਂ ਕਈਆਂ ਲੋਕਾਂ ਤੋਂ ਹਲਵਾ ਪਾਣੀ ਵੀ ਕਰਵਾਈ ਜਾਂਦੇ, ਉਹ ਕੰਮ ਬੰਦ ਹੋ ਜਾਏਗਾ। ਜੀ ਇਹ ਵੀ ਗੱਲ ਸਹੀ ਹੈ ਬਨੂ ਸਾਹਿਬ ਤੁਹਾਡੀ। ਤੇ ਦਿਆਲ ਸਿੰਘ ਕਾਲਜ ਇਹਦਾ ਨਾਮ ਬਦਲਣ ਦਾ ਵਿਰੋਧ ਹੋ ਰਿਹਾ, ਤੇ ਸੁਖਵੀਰ ਸਿੰਘ ਬਾਦਲ ਹੋਰੇ ਵੀ ਅੱਜ ਬੋਲਿਆ ਜੀ, ਕਹਿੰਦੇ ਦਿੱਲੀ ਵਾਲੀ ਯੂਨੀਵਰਸਿਟੀ ਦਾ ਨਾਂ ਹੀ ਹੈ ਜਿਹੜਾ ਜੀ, ਉਹੀ ਤੁਸੀਂ ਵੰਦੇ ਮਾਤਰਮ ਰੱਖ ਦਿਓ। ਤੇ ਉਧਰ ਪਨੂ ਸਾਹਿਬ ਆਰ ਐਸ ਐਸ ਵਾਲੇ ਆਖੀ ਜਾਂਦੇ, ਰਾਸ਼ਟਰੀ ਸਿੱਖ ਸੰਗਤ ਵਾਲੇ, ਕਿ ਭਾਈ ਅਸੀਂ ਤਾਂ ਜਿਹੜਾ ਕਾਲਜ ਦੀ ਮੈਨੇਜਮੈਂਟ ਆ ਉਹਦੇ ਨਾਲ ਜਾ ਕੇ ਗੱਲਬਾਤ ਕਰਾਂ, ਉਹ ਕਹਿੰਦੇ ਮਸਲਾ ਹੀ ਹੱਲ ਕਰ ਦਿਆਂਗੇ। ਕਾਲਜ ਦੀ ਮੈਨੇਜਮੈਂਟ ਦਾ ਹੁਣੇ ਅੱਜ 15 ਮਿੰਟ ਪਹਿਲਾਂ ਬਿਆਨ ਆਇਆ ਟੀਵੀ ਤੇ ਕਿ ਬਿਲਕੁਲ ਨੀ ਅਸੀਂ ਪੈਰ ਪਿੱਛੇ ਖਿੱਚਣੇ, ਅਸੀਂ ਬਦਲ ਦਿੱਤਾ ਤੇ ਬਦਲ ਦਿੱਤਾ। ਰਾਸ਼ਟਰੀ ਸਿੱਖ ਸੰਗਤ ਆਰ ਐਸ ਐਸ ਵਾਲਿਆਂ ਨੇ ਇੱਕ ਸਿੱਖਾਂ ਨੂੰ ਵਿਖਾਉਣ ਵਾਸਤੇ ਚਿਹਰਾ ਰੱਖਿਆ ਤੇ ਸਾਡੀ ਵੀ ਇੱਕ ਸਿੱਖ ਸੰਗਤ ਹੈਗੀ, ਕੱਲੀ ਤੁਹਾਡੀ ਨੀ। ਉਹ ਸਿੱਖਾਂ ਚ ਘੁਸਪੈਠ ਵਾਲਾ ਚਿਹਰਾ, ਹੋਰ ਕੁਛ ਇਹਦਾ ਮਤਲਬ ਨੀਗਾ। ਸੁਖਬੀਰ ਸਿੰਘ ਬਾਦਲ 6 ਦਿਨ ਨਹੀਂ ਬੋਲਿਆ, ਹੁਣ ਉਹ ਬੋਲਿਆ ਤੇ ਬੋਲਿਆ ਨੀ ਗਿਣਨਾ ਚਾਹੀਦਾ, ਬੋਲਣਾ ਪੈ ਗਿਆ, ਉਹਦੀ ਮਜਬੂਰੀ ਬਣ ਗਈ। ਇੱਕ ਟੀਵੀ ਚੈਨਲ ਦੇ ਉੱਤੇ ਜਿਹੜਾ ਉਹ ਹੈਗਾ ਉਹਦਾ ਕਾਲਜ ਦਾ ਹੈਡ ਡਾਕਟਰ ਅਤਾਬ, ਉਹ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਮਨਜਿੰਦਰ ਸਿੰਘ ਸਿਰਸਾ ਦੋਵੇਂ ਆਹਮੋ ਸਾਹਮਣੇ ਹੋ ਗਏ। ਮਨਜਿੰਦਰ ਸਿੰਘ ਸਿਰਸਾ ਦੀਆਂ ਕਈਆਂ ਗੱਲਾਂ ਦਾ ਅਸੀਂ ਵਿਰੋਧ ਕਰ ਸਕਦੇ ਹਾਂ, ਪਰ ਇਸ ਮਾਮਲੇ ਚ ਉਹਨੇ ਆਪਣਾ ਕੇਸ ਪੂਰੀ ਤਰ੍ਹਾਂ ਪਲੀਟ ਕੀਤਾ ਕਿ ਦਿਆਲ ਸਿੰਘ ਕਾਲਜ ਦੇ ਖਿਲਾਫ਼ ਤੁਹਾਨੂੰ ਏਡੀ ਚਿੜ ਕਿਉਂ ਆ। ਤੇ ਦਿਆਲ ਸਿੰਘ ਉਹ ਬੰਦਾ ਸੀ ਜਿਹਨੇ ਆਪਣੀ ਪ੍ਰਾਪਰਟੀ ਸਾਰੀ ਲੋਕ ਭਲਾਈ ਦੇ ਕੰਮਾਂ ਲਈ ਲਾ ਦਿੱਤੀ। ਪਾਕਿਸਤਾਨ ਦੇ ਲਾਹੌਰ ਵਿਚ ਉਹਨੇ ਸ਼ੁਰੂ ਕੀਤਾ ਸੀ, ਲਾਹੌਰ ਵਾਲਿਆਂ ਨੇ ਅੱਜ ਤੱਕ ਦਿਆਲ ਸਿੰਘ ਕਾਲਜ ਕਾਇਮ ਰੱਖਿਆ, ਦਿਆਲ ਸਿੰਘ ਲਾਇਬ੍ਰੇਰੀ ਵੀ ਕਾਇਮ ਰੱਖੀ, ਉਸੇ ਤਰ੍ਹਾਂ ਲਾਹੌਰ ਚ ਚੱਲਦੀ ਆ, ਉਹਨਾਂ ਤੇ ਉਹਦਾ ਨਾਂ ਬਦਲਿਆ ਨੀ। ਤੇ ਤੁਸੀਂ ਦਿੱਲੀ ਦੇ ਵਿਚ ਉਹਦਾ ਨਾਂ ਕਿਉਂ ਬਦਲਦੇ ਪਏ ਹੋ? ਇਹ ਨੀ ਬਦਲਿਆ ਜਾਵੇਗਾ, ਸਿੱਖ ਦਾ ਵਿਰੋਧ ਕਰਨਗੇ। ਤੇ ਜਿਹੜਾ ਉਹ ਕਾਲਜ ਦਾ ਹੈਡ ਹੈ ਡਾਕਟਰ ਅਮਿਤਾਬ, ਉਹਨੇ ਅਗਲੀ ਗੱਲ ਕਹਿਤੀ ਆ, ਉਹਨੇ ਇਥੋਂ ਤੱਕ ਕਹਿਤਾ ਕਿ ਜਿਹੜਾ ਹੈਗਾ ਜੇ ਤੁਸੀਂ ਏਦਾਂ ਅੜੀਆਂ ਕਰੋਗੇ ਤੇ ਇਥੋਂ ਦੇ ਲੋਕ ਜਿਹੜੇ ਆ ਬਹੁਤ ਗਿਣਤੀ ਤੁਹਾਨੂੰ ਇੰਨਾ ਤੰਗ ਕਰੇਗੀ ਤੇ ਤੁਹਾਨੂੰ ਦੇਸ਼ ਛੱਡ ਕੇ ਭੱਜਣਾ ਪੈ ਜਾਏਗਾ। ਮੈਂ ਉਹ ਇੰਟਰਵਿਊ ਨੀ ਸੁਣੀ, ਪਰ ਜਿੰਨੇ ਕੁ ਹਿੱਸੇ ਜੇ ਮੇਰੇ ਕੋਲ ਪਹੁੰਚੇ ਆ ਉਹ ਬੜੇ ਓਬਜੈਕਸ਼ਨੇਬਲ ਆ। ਮਨਜਿੰਦਰ ਸਿੰਘ ਸਿਰਸਾ ਨੇ ਇਸ ਗੱਲ ਨੂੰ ਲੈ ਕੇ ਤੇ ਉਹਨਾਂ ਦੇ ਖਿਲਾਫ਼ ਉੱਥੇ ਥਾਣੇ ਵਿਚ ਵੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਤੇ ਉਹ ਰਿਪੋਰਟ ਦਰਜ ਹੋਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋ ਜਾਣੀ ਹੈ। ਮਨਜਿੰਦਰ ਸਿੰਘ ਸਿਰਸਾ ਆਪ ਵੀ 2-in-1 ਹੈ, ਉਹਦੇ ਅੰਦਰੋਂ ਇੱਕ ਤਾਂ ਬਾਦਲ ਅਕਾਲੀ ਦਲ ਦਾ ਲੀਡਰ ਹੈ ਬੋਲਦਾ, ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਹੈ ਤੇ ਬਾਦਲ ਅਕਾਲੀ ਦਲ ਦਾ ਵੀ ਜਨਰਲ ਸੈਕਟਰੀ ਹੈ। ਦੂਸਰਾ ਉਹਦੇ ਅੰਦਰ ਦਿੱਲੀ ਦੀ ਵਿਧਾਨ ਸਭਾ ਦਾ ਇੱਕ ਮੈਂਬਰ ਬੈਠਾ ਜਿਹੜਾ ਬੀਜੇਪੀ ਦੀ ਟਿਕਟ ਤੇ ਚੋਣ ਜਿੱਤਿਆ, ਇੱਕੋ ਵਕਤ ਡਿਊਲ ਰੋਲ ਨਿਭਾਉਣਾ ਪੈ ਰਿਹਾ, ਇੱਕ ਪਾਸੇ ਉਹ ਬੀਜੇਪੀ ਦਾ MLA ਹੈ ਤੇ ਦੂਸਰੇ ਪਾਸੇ ਉਹ ਅਕਾਲੀ ਲੀਡਰ ਹੈ ਤੇ ਸਿੱਖਾਂ ਦਾ ਲੀਡਰ ਹੈ। ਇਹਦੇ ਬਾਵਜੂਦ ਉਹ ਕਿਉਂਕਿ ਹੁਣ ਇੱਕ ਸਟੈਂਡ ਲੈ ਬੈਠਾ, ਉੱਥੇ ਉਹਨੂੰ ਡਟਣਾ ਪਿਆ ਤੇ ਉਹਦੇ ਪੱਖ ਵਿਚ ਉਹਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ GK ਵੀ ਆ ਗਿਆ। ਉਹਨਾਂ ਦੋਵਾਂ ਨੇ ਜਿੰਨਾ ਸਖ਼ਤ ਸਟੈਂਡ ਲੈ ਲਿਆ, ਉਹਦੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਾਸਤੇ ਕੋਈ ਰਾਹ ਨਹੀਂ ਸੀ ਰਿਹਾ ਗਿਆ, ਉਹਨੂੰ ਬੋਲਣਾ ਹੀ ਪੈਣਾ ਸੀ, ਨਹੀਂ ਤੇ ਉੱਦਾਂ ਤੇ ਅਕਾਲੀ ਪਾਰਟੀ ਤੇ ਭਾਜਪਾ ਦੇ ਜਿੱਦਾਂ ਦੇ ਸੰਬੰਧ ਨੇ ਉਹ ਕਹਿੰਦੇ 9 ਮਾਰਚ ਦਾ ਸਾਡਾ ਰਿਸ਼ਤਾ ਤੇ ਉਹਨਾਂ ਸੰਬੰਧਾਂ ਨੂੰ ਅਸੀਂ ਵੇਖੀਏ ਤੇ ਇਹਨਾਂ ਨੇ ਉਹਨਾਂ ਦੇ ਖਿਲਾਫ਼ ਬੋਲਣਾ ਹੀ ਬੋਲਣਾ ਨਹੀਂ ਸੀ। ਇਸ ਲੜਾਈ ਦੇ ਵਿਚ ਇਹਨਾਂ ਵਾਸਤੇ ਮਜਬੂਰੀ ਬਣ ਗਈ ਹੈ। ਉੱਦਾਂ ਦਿਆਲ ਸਿੰਘ ਕਾਲਜ ਕੱਲਾ ਜਿਹੜਾ ਇਹ ਸੰਗਤ ਇਹਦਾ ਸ਼ੁਰੂਆਤ ਹੈ, ਜੇ ਇਹ ਕੀਤਾ ਤੇ ਮੁੜ ਕੇ ਇਹਨਾਂ ਨੂੰ ਪੰਜਾਬ ਨੈਸ਼ਨਲ ਬੈਂਕ ਦਾ ਨਾਮ ਹੀ ਬਦਲਣਾ ਪੈਣਾ, ਕਿਉਂਕਿ ਬਹੁਤੇ ਲੋਕਾਂ ਨੂੰ ਪਤਾ ਨੀ ਉਸੇ ਦਿਆਲ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਵੀ ਸ਼ੁਰੂ ਕੀਤਾ, ਇਹਦਾ ਸਭ ਤੋਂ ਪਹਿਲਾਂ ਚੇਅਰਮੈਨ ਉਹੋ ਹੀ ਸੀ। ਤੇ ਜੇ ਵਿਰੋਧ ਹੀ ਹੋਣ ਲੱਗ ਪਿਆ ਤੇ ਤੁਰਦਿਆਂ ਤੁਰਦਿਆਂ ਅਜੇ ਪਤਾ ਨੀ ਕਿੱਥੋਂ ਤੱਕ ਜਾਵੇਗਾ। ਸੁਖਬੀਰ ਸਿੰਘ ਬਾਦਲ ਬਹੁਤ ਲੇਟ ਬੋਲਿਆ, ਉਹਨੂੰ ਪਹਿਲੇ ਦਿਨ ਬੋਲਣਾ ਚਾਹੀਦਾ ਸੀ ਤਾਂ ਕਿ ਗੱਲ ਅੱਗੇ ਨਾ ਵੱਧਦੀ। ਜੀ ਤੇ ਉਧਰ ਜੇ ਆਪਾਂ ਗੱਲ ਕਰੀਏ ਜੀ ਗੁਜਰਾਤ ਚੋਣਾਂ ਦੀ, ਉੱਥੇ ਕੀ ਕੁਛ ਵਾਪਰ ਰਿਹਾ? ਅੱਜ ਵੈਸੇ ਤਾਂ ਬੀਜੇਪੀ ਨੇ 5ਵੀਂ ਸੂਚੀ ਜਾਰੀ ਕਰਤੀ ਹੈ, ਉਧਰ ਕਹਿੰਦੇ ਕਾਂਗਰਸ ਦੇ ਵੱਲੋਂ ਉਸ ਬੀਬੀ ਨੂੰ ਵੀ ਟਿਕਟ ਦਿੱਤੀ ਜਾ ਰਹੀ ਹੈ ਜਿਹਨੇ ਮੋਦੀ ਦੇ ਉੱਤੇ ਝੂੜੀਆਂ ਸੁੱਟੀਆਂ ਸੀ। ਹਾਰਦਿਕ ਪਟੇਲ ਹੋਰਾਂ ਦੀ ਗੱਲ ਵੀ ਕਰ ਲਈਏ ਜੀ, ਜੇ ਉਸ ਬੀਬੀ ਨੂੰ ਟਿਕਟ ਦੇਣਗੇ ਤੇ ਇੱਕ ਹੋਰ ਗਲਤੀ ਕਰਨਗੇ। ਕਾਂਗਰਸ ਨੇ ਪਹਿਲਾਂ ਇਤਿਹਾਸ ਚ ਬਹੁਤ ਗਲਤੀਆਂ ਕੀਤੀਆਂ ਹੋਈਆਂ ਨੇ ਤੇ ਬਹੁਤ ਵੱਡੀ ਬੇਵਕੂਫੀ ਹੋਵੇਗੀ ਜੇ ਉਸ ਬੀਬੀ ਨੂੰ ਟਿਕਟ ਦੇਣਗੇ, ਲੋਕਾਂ ਨੂੰ ਮੂੰਹ ਕੀ ਵਿਖਾਉਣਗੇ। ਇਹ ਇਹਨਾਂ ਨੂੰ ਏਦਾਂ ਦੀ ਗੱਲ ਬਿਲਕੁਲ ਨੀ ਕਰਨੀ ਚਾਹੀਦੀ, ਇਹਨਾਂ ਨੂੰ ਸਾਊ ਢੰਗ ਨਾਲ ਚੋਣ ਲੜਨੀ ਚਾਹੀਦੀ ਹੈ। ਰਹਿ ਗਈ ਗੱਲ ਬੀਜੇਪੀ ਦੀ, ਬੀਜੇਪੀ ਇੱਕ ਪਾਸੇ ਤੋਂ ਕਹਿੰਦੀ ਆ ਕਿ ਸਾਨੂੰ ਚਿੰਤਾ ਹੀ ਕੋਈ ਨੀ,
ਦੂਜੇ ਪਾਸੇ ਤੋਂ ਇੱਕ ਇੱਕ ਅਸੈਂਬਲੀ ਹਲਕੇ ਚ ਤਿੰਨ ਤਿੰਨ ਸੂਬਿਆਂ ਦੇ ਮੁੱਖ ਮੰਤਰੀ ਭੇਜੀ ਜਾਂਦੀ ਹੈ। ਪ੍ਰਧਾਨ ਮੰਤਰੀ ਆਪ ਰੈਲੀ ਤੇ ਰੈਲੀ ਇੰਨੀਆਂ ਰੈਲੀਆਂ ਕਰੀ ਜਾਂਦਾ ਜਿਵੇਂ ਉਹ ਪ੍ਰਧਾਨ ਮੰਤਰੀ ਨਹੀਂ ਉਥੋਂ ਦੀ ਕਿਸੇ ਜ਼ਿਲ੍ਹਾ ਪਰਿਸ਼ਦ ਦਾ ਚੇਅਰਮੈਨ ਹੁੰਦਾ। ਤੀਸਰੀ ਗੱਲ ਇਹ ਹੈ ਕਿ ਕੱਲ ਇੱਕ ਥਾਂ ਦੇ ਉੱਤੇ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਰੈਲੀ ਕੀਤੀ ਤੇ ਉਹ ਵੀਡੀਓ ਚ ਆ ਗਿਆ ਕਿ ਉੱਥੇ ਮਤਲਬ 400 ਕੁਰਸੀਆਂ ਸੀ ਜਿਹਦੇ ਚ ਅੱਧੇ ਤੋਂ ਵੱਧ ਖਾਲੀ ਸੀ ਤੇ ਉਹ ਆਪਣੇ ਨਾਲਦਿਆਂ ਨੂੰ ਕਹਿੰਦਾ ਪਿਆ ਕਿ ਕੁਰਸੀਆਂ ਹਟਵਾ ਦਿਓ, ਖਾਲੀ ਕੁਰਸੀਆਂ ਬੁਰੀਆਂ ਲੱਗਦੀਆਂ ਨੇ। ਜੇ ਅਮਿਤ ਸ਼ਾਹ ਦੇ ਗਿਆਨ ਤੋਂ 400 ਕੁਰਸੀਆਂ ਵੀ ਨਹੀਂ ਭਰੀਆਂ ਜਿਹੜੀਆਂ ਬਾਕੀ 250 ਕੁਰਸੀਆਂ ਅੱਗੇ ਦਿੱਲੀ ਵਿਚ ਵੀ ਹੋਇਆ ਸੀ ਜਦੋਂ ਕੇਜਰੀਵਾਲ ਜਿੱਤਿਆ ਕਿ ਇਹਨਾਂ ਨੇ ਸਾਰੇ ਦੇਸ਼ ਵਿਚੋਂ ਆਰਐਸਐਸ ਵਰਕਰ ਲਿਆਂਦੇ ਸੀ ਜਿੱਥੇ ਰੈਲੀ ਜਾਂ ਮੀਟਿੰਗ ਕਰਨੀ ਹੁੰਦੀ ਸੀ ਉੱਥੇ ਪਹਿਲਾਂ 300-400 ਬੰਦੇ ਆਰਐਸਐਸ ਵਾਲੇ ਭੇਜਦੇ ਸੀ, ਬਾਕੀ ਪਬਲਿਕ ਵੇਖੋ ਵੇਖੀ ਆ ਜਾਂਦੀ ਸੀ ਤੇ ਅਖੀਰਲੇ ਦਿਨਾਂ ਚ ਇਹ ਹੋਣ ਲੱਗ ਪਿਆ ਸੀ ਕਿ ਆਰਐਸਐਸ ਵਾਲੇ ਬੈਠੇ ਰਹਿੰਦੇ ਸੀ, ਬਾਕੀ ਪਬਲਿਕ ਨਹੀਂ ਸੀ ਆ ਕੇ ਉਹਨਾਂ ਚ ਬਹਿੰਦੀ, ਉਹੀ ਇਕੱਲੇ ਮੋਦੀ ਕਰੀ ਜਾਂਦੇ ਸੀ ਤੇ ਪਿਛਲੀਆਂ ਕੁਰਸੀਆਂ ਖਾਲੀ ਰਹਿ ਜਾਂਦੀਆਂ ਸੀ। ਹੁਣ ਜੇ ਅਮਿਤ ਸ਼ਾਹ ਦੀ ਕੱਲ ਵਾਲੀ ਰੈਲੀ ਨੂੰ ਵੇਖੀਏ, ਮੈਨੂੰ ਨਿੱਜੀ ਤੌਰ ਤੇ ਕੋਈ ਪੁੱਛੇ ਤੇ ਮੈਂ ਅੱਜ ਵੀ ਇਹ ਮੰਨਣ ਨੂੰ ਤਿਆਰ ਨਹੀਂ ਕਿ ਗੁਜਰਾਤ ਚ ਬੀਜੇਪੀ ਹਾਰ ਜਾਏਗੀ, ਪਰ ਇਹਨਾਂ ਨੂੰ ਇੱਕ ਘਬਰਾਹਟ ਪੈ ਰਹੀ ਆ। ਪ੍ਰਧਾਨ ਮੰਤਰੀ ਨੇ ਹੁਣ ਇਹ ਵੀ ਕਹਿਤਾ ਕਿ ਇਸੇ ਐਤਵਾਰ 26 ਤਰੀਕ ਨੂੰ ਮੈਂ ਰੇਡੀਓ ਤੇ ਮਨ ਕੀ ਬਾਤ ਕਰੂੰਗਾ, ਯਾਨੀ ਦਿੱਲੀ ਤੋਂ ਜਾ ਕੇ ਸਰਕਾਰੀ ਮਸ਼ੀਨਰੀ ਨੂੰ ਵਰਤ ਕੇ ਆਲ ਇੰਡੀਆ ਰੇਡੀਓ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਦੀਆਂ ਚੋਣਾਂ ਦਾ ਵੜਾਵੇਂਦਾਰ ਬਿਗਲ ਵਜਾਉਣਗੇ, ਸਿੱਧੀ ਗੱਲ ਨੀ ਕਹਿਣਗੇ, ਵੜਾਵਾਂ ਪਾ ਕੇ ਪੈਣਗੇ, ਗੱਲ ਤਾਂ ਉਹਨੇ ਕਹਿ ਦੇਣੀ ਆ, ਪਰ ਗੁਜਰਾਤ ਦੀਆਂ ਰਿਪੋਰਟਾਂ ਬੀਜੇਪੀ ਵਾਸਤੇ ਚੰਗੀਆਂ ਨਹੀਂ ਆ ਰਹੀਆਂ। ਹਾਰਦਿਕ ਪਟੇਲ ਹੋਰਾਂ ਦੀ ਜਿਹੜੀ ਬਿਆਨਬਾਜ਼ੀ ਹੈ ਜੀ ਇਹਨਾਂ ਦਿਨਾਂ ਦੇ ਵਿੱਚ, ਉਹ ਕਹਿੰਦੇ ਕਿ ਮੈਂ ਕਾਂਗਰਸ ਦਾ ਸਾਥ ਤਾਂ ਦੇਊਂਗਾ ਪਰ ਸਟੇਜ ਨਹੀਂ ਸਾਂਝੀ ਕਰਨੀ। ਉਹ ਕਹਿੰਦਾ ਜੀ ਮੈਂ ਕਾਂਗਰਸ ਨਾਲ ਸਟੇਜ ਇਸ ਕਰਕੇ ਨਹੀਂ ਸਾਂਝੀ ਕਰਨੀ ਕਿ ਚੋਣਾਂ ਤਾਂ ਹੋਣੀਆਂ ਤੇ ਚੋਣਾਂ ਤੋਂ ਬਾਅਦ ਵੀ ਮੈਂ ਆਪਣੇ ਮੁੱਦਿਆਂ ਤੇ ਕਾਇਮ ਰਹਿਣਾ। ਕਾਂਗਰਸ ਨਾਲ ਇੱਕ ਸਮਝੌਤਾ ਹੋਇਆ, ਸਮਝੌਤਾ ਇਸ ਗੱਲ ਦਾ ਨੀ ਕਿ ਅਸੀਂ ਉੱਥੋਂ ਕੋਈ ਸੀਟਾਂ ਮੰਗ ਕਰ ਲਈਆਂ ਤੇ ਉਹਦੇ ਵਾਸਤੇ ਅਸੀਂ ਲੜਦੇ ਪਏ। ਸਮਝੌਤਾ ਇਹ ਹੋਇਆ ਕਿ ਕਾਂਗਰਸ ਵਾਲੇ ਸਾਡੀਆਂ ਫਲਾਨੀਆਂ ਮੰਗਾਂ ਵਾਸਤੇ ਉਹਦੇ ਬੇਸ ਤੇ ਸਾਨੂੰ ਰਿਜ਼ਰਵੇਸ਼ਨ ਦੇਣਗੇ, ਜੇ ਦੇ ਦੇਣ ਤਾਂ ਠੀਕ ਹੈ, ਨਾ ਦੇਣਗੇ ਤੇ ਅਸੀਂ ਉਹਨਾਂ ਦੇ ਖਿਲਾਫ਼ ਲੜਾਂਗੇ। ਪਰ ਉਹ ਕਹਿੰਦਾ ਇਹੋ ਜਿਹੀ ਕੋਈ ਗੱਲ ਨੀ ਕਿ ਅਸੀਂ ਪੱਕੇ ਤੌਰ ਤੇ ਉਹਨਾਂ ਨਾਲ ਵੱਧ ਕੇ ਅਸੀਂ ਆਪਣੀ ਆਜ਼ਾਦ ਹੋਣ ਕਾਇਮ ਰੱਖਣੀ ਹੈ। ਸੀਟਾਂ ਅਸੀਂ ਮੰਗੀਆਂ ਕੋਈ ਨੀ, ਜੇ ਕਿਸੇ ਬੰਦੇ ਨੂੰ ਉਹਨਾਂ ਸੀਟ ਦੇ ਦਿੱਤੀ ਹੈ ਉਹ ਚੋਣ ਲੜਦਾ ਲੜ ਲਵੇ, ਪਰ ਅਸੀਂ ਆਪਣੀ ਆਜ਼ਾਦ ਹੋਣ ਕਾਇਮ ਰੱਖਣੀ ਹੈ। ਇਹਦਾ ਕਰਕੇ ਉਹ ਕਹਿੰਦਾ ਮੈਂ ਉਹਨਾਂ ਚ ਨਹੀਂ ਸ਼ਾਮਿਲ ਹੋਣਾ। ਉਦਾਂ ਉਹਦੇ ਖਿਲਾਫ਼ ਜਿਸ ਤਰ੍ਹਾਂ ਸੀਡੀਜ਼ ਬਣ ਰਹੀਆਂ ਨੇ, ਉਹ ਮਹਾਰਾਸ਼ਟਰ ਨਵ ਨਿਰਮਾਣ ਸੰਮਤੀ ਵਾਲੇ ਰਾਜ ਠਾਕਰੇ ਨੇ ਕਹਿ ਦਿੱਤਾ ਕਿ ਬੀਜੇਪੀ ਨੇ 2014 ਦੀ ਚੋਣ ਡਿਵੈਲਪਮੈਂਟ ਦਾ ਬਲਿਊ ਪ੍ਰਿੰਟ ਵਿਖਾ ਕੇ ਜਿੱਤੀ ਸੀ, ਹੁਣ ਗੁਜਰਾਤ ਦੀ ਚੋਣ ਉਹ ਕਹਿੰਦਾ ਬਲਿਊ ਪ੍ਰਿੰਟ ਨੇ ਬਲਿਊ ਫਿਲਮਾਂ ਦੇ ਆਸਰੇ ਜਿੱਤਣੀ ਹੈ। ਉਹਦੀ ਗੱਲ ਵੀ ਲੋਕਾਂ ਦੇ ਵਿੱਚ ਕਾਟ ਕਰਦੀ, ਉਹ ਵੀ ਪਾਸੇ ਤੋਂ ਆਪਣੀ ਚਾਬੀ ਲਈ ਜਾ ਰਿਹਾ। ਬਿਲਕੁਲ, ਪਰ ਪੰਨੂ ਸਾਹਿਬ ਗੱਲ ਅਗਲੀ ਕਰੀਏ ਜੀ, ਡੇਰਾ ਸਰਸਾ, ਉੱਥੇ ਹਸਪਤਾਲ ਵੀ ਚੱਲਦਾ ਸੀ ਤੇ ਹੋਰ ਕਈ ਸੰਸਥਾਨ ਚੱਲਦੇ ਸੀ, ਉਹ ਵੀ ਵੈਨ ਤੋਂ ਲੈ ਕੇ ਕਿਸੇ ਦੇ ਮਾਮਲੇ ਕਿਸੇ ਵੀ ਚੀਜ਼ ਕੋਲੇ ਕੋਈ ਲਾਇਸੈਂਸ ਨਹੀਂ ਸੀ, ਐਂ ਹੋ ਜਾਂਦਾ ਜੀ। ਜਦੋਂ ਸਰਕਾਰ ਇਹਨਾਂ ਦੇ ਬਿਲਕੁਲ ਨਾਲ ਖੜੀ ਸੀ ਕਿਸੇ ਨੇ ਹੁਣ ਤੱਕ ਪੁੱਛਿਆ ਹੀ ਨਹੀਂ, ਉਹ ਚਮਦੀਆਂ ਚਲਾਉਂਦਾ ਰਿਹਾ ਸਾਧ, ਹੁਣ ਪਤਾ ਲੱਗਦਾ ਉਹ ਵੀ ਵੈਨ ਸੀ। ਉਹ ਵੀ ਵੈਨ ਤੇ ਟੀਵੀ ਚੈਨਲਾਂ ਕੋਲ ਹੁੰਦੀ ਹੈ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਦੇਣੇ ਹੁੰਦੇ ਆ ਨਾਲ ਦੀ ਨਾਲ ਲਾਈਵ ਕਵਰੇਜ ਵਾਸਤੇ ਹੁੰਦੀ ਹੈ, ਅਦਰਵਾਈਜ਼ ਤੇ ਉਹਦੀ ਕੋਈ ਲੋੜ ਨਹੀਂ ਹੁੰਦੀ ਜੀ। ਇਹ ਕਿਹੜਾ ਟੀਵੀ ਚੈਨਲ ਚਲਾ ਰਿਹਾ ਸੀ ਕਿਹਨੂੰ ਉਹਦੀ ਲੋੜ ਸੀ, ਇਹ ਸਾਰੇ ਕੁਝ ਉਹਦੇ ਕੋਲ ਗਲਤ ਸਮਾਨ ਸੀ, ਉਹਦੇ ਕੋਲ ਸਫਾਈ ਕੈਮਰੇ ਤੇ ਰਿਕਾਰਡਰ ਸਾਰੇ ਪੈ ਰਹੇ ਆ, ਉਹਦੇ ਕੋਲ ਕਦੇ ਕਦੇ ਆ ਕੇ ਕੁਛ ਲੀਡਰ ਤੇ ਕੁਝ ਅਫਸਰ ਰਾਤ ਰਹਿੰਦੇ ਹੁੰਦੇ ਸੀ। ਹੁਣ ਸ਼ੱਕ ਇਹ ਆ ਕਿ ਅਫਸਰ ਤੇ ਲੀਡਰ ਜਦੋਂ ਰਾਤ ਰਹਿੰਦੇ ਸੀ ਉੱਥੇ ਕੁਝ ਨਾ ਕੁਝ ਮੌਜ ਮੇਲਾ ਕਰਦੇ ਹੋਣਗੇ ਜਿਨ੍ਹਾਂ ਦੀ ਰਿਕਾਰਡਿੰਗ ਉਹ ਸਾਧ ਕਰਦਾ ਰਿਹਾ। ਇਹ ਜਿੰਨੇ ਲੀਡਰ ਤੇ ਜਿੰਨੇ ਅਫਸਰ ਆ ਉਹਦੇ ਪੱਖ ਵਿੱਚ ਬੋਲਦੇ ਰਹੇ ਤੇ ਐਵੇਂ ਨਹੀਂ ਸੀ ਬੋਲਦੇ, ਕੋਈ ਨਾ ਕੋਈ ਗੱਲ ਹੋ ਸਕਦੀ, ਕੋਈ ਕਣ ਹੋ ਸਕਦੀ ਹੈ ਜੀ। ਪਰ ਬਹੁਤਾ ਸ਼ੱਕ ਇਹ ਕੀਤਾ ਗਿਆ ਕਿ ਉਹਦੇ ਕੋਲ ਜਿਹੜੀ ਉਹ ਵੀ ਵੈਨ ਆ ਉਹ ਕਿਤੇ ਇਹ ਤਾਂ ਨਹੀਂ ਇੱਥੋਂ ਦੀ ਕੋਈ ਕਵਰੇਜ ਕਰਕੇ ਗੁਆਂਢੀ ਦੇਸ਼ ਨੂੰ ਕੋਈ ਜਾਸੂਸੀ ਕਰਦਾ ਹੋਵੇ, ਇਹ ਸ਼ੱਕ ਉਹਦੇ ਤੇ ਕੀਤਾ ਜਾ ਰਿਹਾ। ਉਹਦੇ ਨਾਲ ਦੇ ਜਿਹੜੇ ਚੇਲੇ ਚਾਂਟੇ ਹੁਣ ਵਾਰੀ ਵਾਰੀ ਫੜੇ ਜਾ ਰਹੇ ਆ ਉਹਨਾਂ ਚੋਂ ਕੋਈ ਵੀ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਹਰ ਕੋਈ ਕਹਿੰਦਾ ਜੀ ਮੈਨੂੰ ਤਾਂ ਫਲਾਨੇ ਨੇ ਆਖਿਆ ਸੀ। ਬਹੁਤਾ ਜਿਹੜਾ ਜ਼ੋਰ ਆ ਜ਼ਿਆਦਾ ਦਬਾਅ ਉਹ ਹਨੀਪ੍ਰੀਤ ਦੇ ਉੱਤੇ ਪੈਂਦਾ ਰਿਹਾ ਕਿ ਬਾਬੇ ਦੇ ਵੱਲੋਂ ਹਰ ਗੱਲ ਉਹ ਕਹਿੰਦੀ ਸੀ ਤੇ ਆਪ ਕਰਵਾਉਂਦੀ ਹੁੰਦੀ ਸੀ ਧੱਕੇ ਨਾਲ, ਤੇ ਅਸੀਂ ਤਾਂ ਉਹਦੇ ਕਹਿਣ ਤੇ ਕਰਦੇ ਸਾਂ। ਉਹ ਕਹਿੰਦੀ ਸੀ ਫਲਾਣੇ ਸਾਹਿਬ ਪੈਸੇ ਦੇ ਆਓ ਤੇ ਅਸੀਂ ਦੇ ਆਉਂਦੇ ਸਾਂ, ਉਹ ਕਹਿੰਦੀ ਸੀ ਆਹ ਕੰਮ ਤੁਸੀਂ ਕਰਨਾ ਅਸੀਂ ਕਰ ਦਿੰਦੇ ਸਾਂ, ਸਾਰਾ ਹੀ ਬੋਝ ਜਿਹੜਾ ਉਹਦੇ ਉੱਤੇ ਪੈਂਦਾ ਪਿਆ। ਮੈਨੂੰ ਲੱਗਦਾ ਕਿ ਉਹ ਜ਼ਿਆਦਾ ਫਸੇਗੀ। ਉਦਾਂ ਹਸਪਤਾਲ ਬਿਨਾਂ ਲਾਇਸੈਂਸ ਤੋਂ ਚੱਲਦਾ ਸੀ,
ਕੱਲਾ ਹਸਪਤਾਲ ਨੀ, ਉੱਥੇ ਇੱਕ ਸਕਿਨ ਟਰਾਂਸਪਲਾਂਟ ਸੈਂਟਰ ਵੀ ਚੱਲਦਾ ਪਿਆ ਸੀ, ਉਹਦੇ ਵਾਸਤੇ ਵੀ ਲਾਇਸੈਂਸ ਚਾਹੀਦਾ। ਜਿਹੜਾ ਭਰੂਣ ਟੈਸਟ ਵਾਲੇ ਇੱਥੇ ਸਭ ਥਾਵਾਂ ਉੱਤੇ ਪਾਬੰਦੀ ਹੈ, ਹਰਿਆਣੇ ਦੇ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਪੰਜਾਬ ਚ ਆ ਕੇ ਛਾਪੇ ਮਾਰਦੀਆਂ, ਬਾਬੇ ਦੇ ਡੇਰੇ ਚੋ ਵੀ ਚੱਲਦਾ ਰਿਹਾ, ਭਰੂਣ ਟੈਸਟ ਵੀ ਚੱਲਦੇ ਰਹੇ ਨੇ, ਔਰ ਬਗੈਰ ਕਿਸੇ ਕਿਸਮ ਦੇ ਲਾਇਸੈਂਸ ਤੋਂ ਚੱਲਦੇ ਸੀ। ਅੰਦਰ ਬਲੱਡ ਬੈਂਕ ਚੱਲਦਾ, ਉਹ ਵੀ ਬਗੈਰ ਲਾਇਸੈਂਸ ਤੋਂ ਚੱਲਦਾ ਸੀ। ਬਾਬੇ ਨੇ ਤਾਂ ਆਪਣੇ ਚਾਰੇ ਚੱਕ ਜਗੀਰ ਬਣਾ ਛੱਡੀ ਸੀ, ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਉਹ ਤਾਂ ਕਾਨੂੰਨ ਨੂੰ ਟਿੱਚ ਜਾਣਦਾ ਸੀ। ਹੁਣ ਗੱਲਾਂ ਹੌਲੀ ਹੌਲੀ ਬਾਹਰ ਆਉਂਦੀਆਂ ਪਈਆਂ ਜੀ। ਭਗਵੰਤ ਮਾਨ ਦੇ ਪੂਤਲੇ ਫੂਕੇ ਜਾ ਰਹੇ ਜੇ, ਤੇ ਨਾਲ ਇਨਕਮ ਸੋਰਸ ਪੈਦਾ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਨੱਕ ਵੱਢ ਲਿਓ, 5 ਲੱਖ ਰੁਪਏ ਕਮਾ ਲਓ। ਕਾਨੂੰਨ ਇਹ ਕਹਿੰਦਾ ਕਿ ਫਰੌਤੀ ਦੇ ਕੇ ਕਤਲ ਕਰਾਇਆ ਜਾਂ ਕਿਸੇ ਤੇ ਹਮਲਾ ਕਰਾਇਆ ਗਲਤ ਹੈ, ਪਰ ਭਾਰਤ ਵਿਚ ਅੱਜ ਕੱਲ ਫਰੌਤੀਆਂ ਸ਼ਰੇਆਮ ਪੇਸ਼ ਕੀਤੀਆਂ ਜਾ ਰਹੀਆਂ। ਜੇ ਕੋਈ ਸੰਜੇ ਲੀਲਾ ਭੰਸਾਲੀ ਦਾ ਸਿਰ ਲਾ ਕੇ ਲਿਆਵੇ ਤੇ 1 ਕਰੋੜ ਦਿੱਤਾ ਜਾਵੇਗਾ, ਜੇ ਕੋਈ ਦੀਪਿਕਾ ਪਾਦੂਕੋਨ ਨੂੰ ਮਾਰ ਦੇਵੇ ਤੇ 3 ਪੈਸੇ ਦਿੱਤੇ ਜਾਣਗੇ, ਜੇ ਕੋਈ ਦੀਪਿਕਾ ਦਾ ਨੱਕ ਵੱਢਦੇ ਸਰੂਪ ਨਖਾ ਉਹਨੂੰ ਕਹਿ ਰਿਹਾ ਤੇ ਉਹਨੂੰ 3 ਪੈਸੇ ਦਿੱਤੇ ਜਾਣਗੇ, ਜੇ ਉਹਦੇ ਚਿਹਰੇ ਤੇ ਤੇਜ਼ਾਬ ਸੁੱਟ ਤੇ 3 ਪੈਸੇ ਦਿੱਤੇ ਜਾਣਗੇ। ਫਾਰੂਕ ਅਬਦੁੱਲੇ ਨੇ ਇਹ ਕਹਿਤਾ ਕਿ ਪਾਕਿਸਤਾਨ ਤੋਂ ਅਸੀਂ ਕਸ਼ਮੀਰ ਦਾ ਜਿਹੜਾ ਉਹਦੇ ਕਬਜ਼ੇ ਵਾਲਾ ਹਿੱਸਾ ਛੁਡਾ ਨਹੀਂ ਸਕਦੇ, ਉਹ ਸਾਡੇ ਤੋਂ ਬਾਕੀ ਦਾ ਕਸ਼ਮੀਰ ਖੋ ਨਹੀਂ ਸਕਦਾ, ਇਹਦੇ ਨਾਲ ਬਿਹਤਰ ਆ ਕਿ ਉਹ ਆਪਣੇ ਘਰ ਰਾਜੀ, ਅਸੀਂ ਆਪਣੇ ਰਾਜੀ, ਆਪੋ ਆਪਣੀ ਥਾਂ ਟਿਕ ਕੇ ਕੋਈ ਸਮਝੌਤਾ ਕਰ ਲਿਆ ਜਾਵੇ। ਇੰਨੀ ਗੱਲ ਤੋਂ ਉਹਦੇ ਖਿਲਾਫ਼ ਪੈ ਗਏ। ਇੱਕ ਬੰਦਾ ਮਿਸਟਰ ਛੰਡ ਲਿਆ, ਉਹ ਪਤਾ ਨਹੀਂ ਛੰਡ ਲਿਆ ਕਿ ਕੀ ਹੈ, ਉਹਨੇ ਪੰਚਕੂਲੇ ਚੋਂ ਕਹਿ ਦਿੱਤਾ ਕਿ 3 ਲੱਖ ਰੁਪਏ ਦਊਗਾ ਜਿਹੜਾ ਕੋਈ ਹਾਫਿਜ਼ ਦਾ ਇੱਦਾਂ ਉਹਦਾ ਕੀ ਫਾਰੂਕ ਅਬਦੁੱਲੇ ਦਾ ਨੱਕ ਵੱਢ ਕੇ ਲਿਆਵੇ। ਹੁਣ ਓਦਾਂ ਦਾ ਹੀ ਇੱਕ ਸ਼ੁਕਰਾ ਉੱਠਿਆ ਬਠਿੰਡੇ ਚੋਂ, ਕਦੇ ਕਿਸੇ ਨੇ ਉਹਦਾ ਨਾਂ ਹੀ ਨਹੀਂ ਸੀ ਸੁਣਿਆ। ਹੁਣ ਪਤਾ ਲੱਗਾ ਕੋਈ ਯੋਗੇਸ਼ ਬਾਦਿਸ਼ ਵੀ ਹੈਗਾ, ਉਹ ਕਹਿੰਦਾ ਜਿਹੜਾ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਵੇ, ਇਹ ਸਿੱਧੇ ਤੌਰ ਤੇ ਫਰੌਤੀ ਰੱਖਣ ਕਿ ਮੈਂ ਇਸ ਕ੍ਰਾਈਮ ਵਾਸਤੇ ਇੰਨੀ ਫਰੌਤੀ ਰੱਖਦਾ ਪਿਆ ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ, ਨਾ ਪੰਜਾਬ ਵਿਚ, ਨਾ ਰਾਜਸਥਾਨ ਚ, ਨਾ ਗੁਜਰਾਤ ਚ, ਨਾ ਮੱਧ ਪ੍ਰਦੇਸ਼, ਨਾ ਉੱਤਰ ਪ੍ਰਦੇਸ਼, ਨਾ ਕਿਸੇ ਹੋਰ ਪ੍ਰਦੇਸ਼, ਕਿਤੇ ਕੋਈ ਕਾਰਵਾਈ ਨਹੀਂ ਹੋ ਰਹੀ, ਇਹ ਤਾਂ ਓਪਨ ਫਰੌਤੀਆਂ ਰੱਖੀਆਂ ਜਾ ਰਹੀਆਂ ਨੇ। ਭਗਵੰਤ ਮਾਨ ਨੇ ਆਖਿਆ ਕੀ ਹੈ, ਇੱਕ ਮੁੰਡਾ ਜੱਗੀ ਜੌਲ ਇੱਥੇ ਫੜਿਆ ਜੀ, ਉਹ ਮੈਨੂੰ ਤਾਂ ਪਤਾ ਨਹੀਂ ਉਹਦਾ ਬਹੁਤਾ, ਪਰ ਜਿਹੜਾ ਗ੍ਰੇਟ ਬ੍ਰਿਟੇਨ ਹੈ ਉਹਦੀਆਂ 4 ਸਟੇਟਸ ਨੇ, ਇੰਗਲੈਂਡ, ਸਕਾਟਲੈਂਡ, ਵੇਲਸ ਤੇ ਨਾਰਦਰਨ ਆਇਰਲੈਂਡ, ਉਹ ਜਿਹੜੀ ਉਹਨਾਂ ਦੀ ਸਕਾਟਲੈਂਡ ਸਟੇਟ ਹੈ ਉੱਥੋਂ ਦਾ ਰਹਿਣ ਵਾਲਾ ਇੱਥੇ ਆਇਆ, ਪੁਲਿਸ ਨੇ ਫੜ ਲਿਆ। ਪੁਲਿਸ ਕਹਿੰਦੀ ਹੈ ਕਿ ਪਿਛਲੇ ਦਿਨਾਂ ਜਿਹੜੇ ਕਤਲ ਹੋਏ ਉਹਨਾਂ ਚ ਸ਼ਾਮਲ ਹੈ, ਉਹਦੇ ਘਰ ਦੇ ਕਹਿੰਦੇ ਜੀ ਨਜਾਇਜ਼ ਫੜਿਆ ਗਿਆ, ਉਹਦੀ ਸੱਸ ਕਹਿੰਦੀ ਮੇਰਾ ਪੁੱਤਰ ਏਦਾਂ ਦਾ ਨਹੀਂ। ਸੱਚ ਕੀ ਝੂਠ ਕੀ ਜਾਂ ਉਹ ਜਾਣਦੇ ਆ ਜਾਂ ਪੁਲਿਸ ਜਾਣਦੀ, ਸਾਨੂੰ ਤੇ ਕਿਸੇ ਨੂੰ ਪਤਾ ਨਹੀਂ। ਸਾਰੀ ਦੁਨੀਆਂ ਚ ਉਹਦੇ ਪੱਖ ਵਿਚ ਜਿਨ੍ਹਾਂ ਨੇ ਬਿਆਨਬਾਜ਼ੀ ਕੀਤੀ, ਜੇ ਉਹ ਬਿਆਨਬਾਜ਼ੀ ਨਾ ਕਰਦੇ ਤੇ ਸਮਝਿਆ ਜਾਣਾ ਸੀ ਪੁਲਿਸ ਪਤਾ ਨੀ ਇਨੋਸੈਂਟ ਬੰਦਾ ਫਸਾ ਰਹੀ ਹੈ, ਪਰ ਜਦੋਂ ਬਿਆਨਬਾਜ਼ੀ ਕਰਨ ਵਾਲੇ ਸਾਰੇ ਇੱਕ ਖਾਸ ਸੋਚਣੀ ਨਾਲ ਜੁੜੇ ਹੋਏ ਸੰਗਠਨਾਂ ਦੇ ਲੀਡਰ ਨੇ, ਇਹਨਾਂ ਨੇ ਅੱਗੇ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਸਾਰਿਆਂ ਨੇ ਗਿਣ ਮਿਥ ਕੇ ਟੀਮ ਦੇ ਤੌਰ ਤੇ ਅੱਡ ਅੱਡ ਦੇਸ਼ਾਂ ਚੋਂ ਕੀਤੀ ਹੈ, ਉਹਦੇ ਨਾਲ ਇਹਨਾਂ ਨੇ ਬਿਆਨਬਾਜ਼ੀ ਕਰਕੇ ਉਸ ਬੰਦੇ ਨੂੰ ਸਗੋਂ ਫਸਾ ਦਿੱਤਾ, ਉਹਦੇ ਹੁਣ ਨਿਕਲਣ ਦਾ ਚਾਂਸ ਕੋਈ ਨੀ। ਬ੍ਰਿਟੇਨ ਦੀ ਸਰਕਾਰ ਵੀ ਆਵੇਗੀ ਤੇ ਕਾਨੂੰਨ ਦੇ ਪੱਖ ਤੋਂ ਇਹ ਉਹਨਾਂ ਨੂੰ ਪੇਸ਼ ਕਰਨਾ ਚਾਹੀਦਾ, ਕਰ ਦੇਣਗੇ, ਵੇਖੀ ਜਾਊਗੀ ਉਹ ਜੋ ਵੀ ਆ। ਭਗਵੰਤ ਮਾਨ ਨੇ ਗਲਤ ਕੀ ਆਖਿਆ, ਉਹਨੇ ਤੇ ਇਹੋ ਹੀ ਆਖਿਆ ਨਾ ਕਿ ਜੇ ਉਹ ਫੜਿਆ ਗਿਆ ਤੇ ਬ੍ਰਿਟੇਨ ਦਾ ਸਿਟੀਜਨ ਆ, ਬ੍ਰਿਟੇਨ ਵਾਲੇ ਉਹਨਾਂ ਦਾ ਹਾਈ ਕਮਿਸ਼ਨ ਵਗੈਰਾ ਆਵੇ ਤੇ ਮਿਲਣ ਦੇਣਾ ਚਾਹੀਦਾ, ਉਹਨੂੰ ਵਕੀਲ ਦੀ ਲੋੜ ਆ ਤੇ ਕਰਨ ਦੇਣਾ ਚਾਹੀਦਾ। ਡੈਮੋਕ੍ਰੇਸੀ ਚ ਜੇ ਕਿਸੇ ਨੂੰ ਇੰਨੀ ਗੱਲ ਵੀ ਆਖਣ ਦਾ ਹੱਕ ਨਹੀਂ ਦੇਣਾ, ਫਿਰ ਡੈਮੋਕ੍ਰੇਸੀ ਕਾਹਦੀ ਹੈ? ਇੰਨੀ ਗੱਲ ਤੋਂ ਉੱਠ ਕੇ ਇੱਕ ਕੋਈ ਯੋਗੇਸ਼ ਬਾਦਿਸ਼ ਆ, ਉਹਨੇ ਬਾਦਿਸ਼ ਨੇ ਉੱਠ ਕੇ ਤੇ ਭਗਵੰਤ ਮਾਨ ਦਾ ਨੱਕ ਵੱਢਣ ਦੀ ਧਮਕੀ ਦੇ ਦਿੱਤੀ ਹੈ। ਕਮਾਲ ਦੀ ਗੱਲ ਹੈ, ਕਿੱਦਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਮੈਂ ਇਹ ਜਾਣਦਾ ਕਿ ਕੁਛ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਮਹੱਲੇ ਤੋਂ ਬਾਹਰ ਕੋਈ ਨਹੀਂ ਜਾਣਦਾ, ਉਹ ਟਕੇ ਟਕੇ ਦੇ ਬੰਦੇ ਉੱਠ ਕੇ ਤੇ ਇੱਦਾਂ ਦੀਆਂ ਧਮਕੀਆਂ ਦੇ ਕੇ ਆਪਣਾ ਨਾਂ ਚਰਚਾ ਵਿੱਚ ਲਿਆਉਣਾ ਚਾਹੁੰਦੇ ਆ। ਮੈਨੂੰ ਇਹ ਪਤਾ ਫਗਵਾੜੇ ਚ 4-5 ਬੰਦੇ ਇੱਦਾਂ ਦੇ ਆ, ਉਹ ਜਦੋਂ 5-6 ਮਹੀਨਿਆਂ ਬਾਅਦ ਆਪੋ ਚ ਬੈਠਦੇ ਆ ਨਾ, ਵਾਹਵਾ ਚਿਰ ਹੋ ਗਿਆ ਆਪਣਾ ਅਖਬਾਰ ਚ ਨਾਂ ਜਿਹਾ ਨਹੀਂ ਆਇਆ, ਫਿਰ ਕਹਿੰਦੇ ਅੱਛਾ ਕਰੀਏ ਕੁਛ। ਅਗਲੇ ਦਿਨ ਫਗਵਾੜੇ ਚੋਂ ਲੰਘਦੀ ਪਾਕਿਸਤਾਨ ਨੂੰ ਜਾਂਦੀ ਜਾਂ ਪਾਕਿਸਤਾਨ ਤੋਂ ਮੁੜਦੀ ਬੱਸ ਜਿਹੜੀ ਆ ਉਹਦੇ ਉੱਤੇ ਵੱਟੇ ਮਾਰ ਦਿੰਦੇ। ਉਸ ਬੱਸ ਦੇ ਵਿੱਚ ਹਾਫਿਜ਼ ਸਾਹਿਬ ਤਾਂ ਨਹੀਂ ਹੁੰਦਾ, ਨਾ ਨਵਾਜ਼ ਸ਼ਰੀਫ ਹੁੰਦਾ, ਉਹਦੇ ਵਿੱਚ ਸਧਾਰਨ ਮੁਸਾਫਰ ਹੁੰਦੇ ਆ, ਉਹ ਕੁਝ ਭਾਰਤੀ ਵੀ ਹੋ ਸਕਦੇ ਆ ਪਾਕਿਸਤਾਨ ਜਾਣ ਆਉਣ ਵਾਲੇ, ਕੋਈ ਪਾਕਿਸਤਾਨੀ ਵੀ ਹੋ ਸਕਦੇ ਆ, ਉਹਦੇ ਉੱਤੇ ਵੱਟੇ ਮਾਰ ਕੇ ਆਪਣੀਆਂ ਫੋਟੋ ਖਿਚਾਉਂਦੇ ਆ, ਫਿਰ 2 ਮਹੀਨੇ ਉਹਨਾਂ ਨੂੰ ਫੋਟੋਆਂ ਨੂੰ ਵੇਚ ਦਿੰਦੇ ਆ ਕਿ ਸਾਡੀ ਫੋਟੋ ਅਖਬਾਰ ਤੇ ਸਾਡਾ ਨਾਂ ਛਪਿਆ ਸੀ। ਇਹ ਜਿਹੜਾ
ਇਸ ਵੇਲੇ ਕੋਈ ਬਾਦਸ਼ਾਹ ਜਾਂ ਯੋਗੇਸ਼ ਬਾਦਸ਼ਾਹ। ਮੇਰਾ ਖਿਆਲ ਉਹਨੇ ਵੀ ਏਦਾਂ ਦੀ ਗੱਲ ਕੀਤੀ ਇਸ ਕਰਕੇ ਆ ਕਿ ਭਗਵੰਤ ਮਾਨ ਦੇ ਬਹਾਨੇ ਮੇਰਾ ਨਾਂ ਆ ਜਾਊਗਾ। ਉਹਦੇ ਕੋਈ ਸੀਰੀਅਸ ਧਮਕੀਆਂ ਨੀ ਗੀਆਂ, ਇਹ ਬਿਲਕੁਲ ਫੁਕਰਾ ਬਣ ਗਿਆ, ਇਹਦੋਂ ਵੱਧ ਕੁਛ ਨੀ ਗਾ ਜੀ। ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਵੀ ਹੁਣ ਫਟਕਾਰ ਪੈਣੀ ਸ਼ੁਰੂ ਹੋ ਗਈ ਹੈ ਜੀ, ਸ਼੍ਰੋਮਣੀ ਕਮੇਟੀ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਵੀ। ਜਿਹੜੇ ਧਰਮ ਛੱਡਣ ਵਾਲੇ ਧਮਕੀ ਇਹਨਾਂ ਦਿੱਤੀ ਆ, ਉਹ ਉੱਥੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਮਾਧੋਪੁਰਾ ਮਾਧੋ ਕੇ ਗੁਰਦੁਆਰਾ, ਉਸ ਗੁਰਦੁਆਰੇ ਵਿੱਚ ਸਨ ਜੀ। ਗੁਰਦੁਆਰਾ ਛੋਟਾ ਸੀ, ਹੁਣ ਤੱਕ ਉੱਥੇ ਬਹੁਤੀ ਕਮਾਈ ਨਹੀਂ ਸੀ, ਸ਼੍ਰੋਮਣੀ ਕਮੇਟੀ ਨੇ ਪ੍ਰਵਾਹ ਨਹੀਂ ਕੀਤੀ, ਕਮਾਈ ਵੱਧ ਗਈ ਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਕੰਟਰੋਲ ਚ ਲੈ ਲਿਆ। ਜਿਹੜਾ ਛੇਹਰਟਾ ਸਾਹਿਬ ਗੁਰਦੁਆਰਾ, ਬਸੰਤ ਪੰਚਮੀ ਦਾ ਮੇਲਾ ਉੱਥੇ ਬਹੁਤ ਲੱਗਦਾ ਜੀ, ਛੇਹਰਟ ਚੱਲਦੇ ਨੇ, ਇਸੇ ਕਰਕੇ ਛੇਹਰਟਾ ਸਾਹਿਬ ਨੂੰ ਕਹਿੰਦੇ ਆ। ਉਹ ਜਿਹੜਾ ਛੇਹਰਟਾ ਵਾਲਾ ਗੁਰਦੁਆਰਾ, ਉਹਦੇ ਨਾਲ ਉਹਦਾ ਪ੍ਰਬੰਧ ਜੋੜ ਦਿੱਤਾ ਗਿਆ, ਸੇਮ ਮੈਨੇਜਰ ਉੱਥੇ ਲਾ ਦਿੱਤਾ ਗਿਆ। ਉਹ ਕਹਿੰਦੇ ਜੀ ਜਿੰਨੇ ਉੱਥੇ ਸੇਵਾਦਾਰ ਚਾਹੀਦੇ ਆ ਉਹਦੇ ਨਾਲ 2.5 ਗੁਣੇ ਲੱਗੇ ਪਏ ਆ, ਇੰਨੀ ਆਮਦਨ ਉੱਥੇ ਨੀ ਜਿੰਨੇ ਉੱਥੇ ਲਾ ਦਿੱਤੇ ਗਏ। ਤੇ ਜਿਹੜੇ ਉਹਨਾਂ ਚੋਂ ਹੱਕਦਾਰ ਨਹੀਂ ਸੀ, ਜਿਹੜੇ ਯੋਗਤਾ ਪੂਰੀ ਨਹੀਂ ਕਰਦੇ, ਉਹਨਾਂ ਨੂੰ ਕੱਢਣ ਲੱਗੇ ਆ ਤੇ ਉਹਨਾਂ ਰੌਲਾ ਪਾ ਦਿੱਤਾ। ਜੇ ਹੱਕਦਾਰ ਨਹੀਂ ਸੀ, ਯੋਗਤਾ ਪੂਰੀ ਨਹੀਂ ਸੀ ਕਰਦੇ, ਤੇ ਇਹਨਾਂ ਨੂੰ ਬੀਜੇਪੀ ਵਾਲਿਆਂ ਨੇ ਤਾਂ ਨੀ ਉੱਥੇ ਰੱਖਿਆ, ਇਹਨਾਂ ਨੂੰ ਆਮ ਆਦਮੀ ਪਾਰਟੀ ਨੇ ਤਾਂ ਉੱਥੇ ਭਰਤੀ ਨਹੀਂ ਕੀਤਾ। ਭਰਤੀ ਤੇ ਸਾਰੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਕਰਵਾਏ ਆ, ਤੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਰਾਏ ਉਹਨਾਂ ਨੂੰ ਸੱਦ ਕੇ ਆਖੋ ਵੀ ਤੁਸੀਂ ਕਿੱਦਾਂ ਕਰਾਤੇ, ਇਹਦੇ ਬੰਦੇ ਕਿਸੇ ਕੰਮ ਦੇ ਨੀ। ਉਹਨਾਂ ਨਾਲ ਨੀ ਗੱਲ ਕੀਤੀ ਗਈ, ਇਹਨਾਂ ਨੂੰ ਆਖਿਆ ਤੁਸੀਂ ਨਿਕਲ ਜਾਓ। ਇਹ ਬੰਦੇ ਕਹਿੰਦੇ ਆ ਜੀ ਸਾਡੇ ਤੋਂ ਸਿੱਧੇ ਪੈਸੇ ਮੰਗੇ ਜਾ ਰਹੇ ਆ ਕਿ ਇੰਨੇ ਇੰਨੇ ਪੈਸੇ, 50-50 ਹਜ਼ਾਰ ਰੁਪਇਆ ਦਿਓ, ਤੁਹਾਨੂੰ ਪੱਕੇ ਕਰਾ ਦੇਣੇ ਨੇ, ਤੁਹਾਨੂੰ ਕੱਢ ਦੇਣਾ। ਓਦਾਂ ਇਹ ਗੱਲ ਕਿਸੇ ਨੇ ਮੰਨਣੀ ਸੀ, ਕਿਸੇ ਨੇ ਨਹੀਂ ਸੀ ਮੰਨਣੀ। ਪਰ ਜਿਹੜਾ ਵੇਰਕੇ ਦਾ ਕੇਸ ਪਹਿਲਾਂ ਹੋ ਚੁੱਕਾ ਕਿ ਇੱਕ ਮੁੰਡੇ ਨੂੰ ਇਹ ਕਹਿ ਕੇ ਕਿ ਤੈਨੂੰ ਰੱਖ ਲੈਂਦੇ ਆ ਸ਼੍ਰੋਮਣੀ ਕਮੇਟੀ ਚ ਪੱਕਾ ਕਰ ਲੈਂਦੇ ਆ, ਉਤੋਂ 50,000 ਰੁਪਇਆ ਲੈ ਲਏ ਸ਼੍ਰੋਮਣੀ ਕਮੇਟੀ ਦੇ ਵੇਰਕੇ ਵਾਲੇ ਮੈਂਬਰ ਨੇ, ਫਿਰ ਉਹ ਪੱਕਾ ਨਾ ਕਰਾ ਸਕਿਆ। ਸ਼ਿਕਾਇਤ ਹੋਈ ਭਰੀ ਪੰਚਾਇਤ ਚ, ਸ਼੍ਰੋਮਣੀ ਕਮੇਟੀ ਮੈਂਬਰ ਨੇ ਮਾਫ਼ੀ ਮੰਗ ਕੇ ਉਹਦੇ ਪੈਸੇ ਮੋੜੇ, ਤੇ ਮੁੰਡਾ ਤੇ ਉੱਥੇ ਅਜੇ ਦਰਬਾਰ ਸਾਹਿਬ ਜਾਂਦਾ ਸੇਵਾ ਕਰਦਾ ਸੀ, ਰੋਜ਼ ਉਹਦੀ ਬੇਇੱਜ਼ਤੀ ਕਰਨੀ ਸ਼ੁਰੂ ਕਰਤੀ। ਇੱਕ ਦਿਨ ਮੁੰਡਾ ਗੱਡੀ ਥੱਲੇ ਆ ਗਿਆ ਤੇ ਜਾਣ ਲੱਗਿਆ ਰੁਕਾ ਲਿਖ ਕੇ ਰੱਖ ਗਿਆ ਸੁਸਾਈਡ ਨੋਟ ਕਿ ਸ਼੍ਰੋਮਣੀ ਕਮੇਟੀ ਮੈਂਬਰ ਨੇ ਸਾਡੇ ਪਰਿਵਾਰ ਨਾਲ ਆਹ ਕੁਛ ਕੀਤਾ। ਇੰਨੇ ਦਿਨ ਹੋ ਗਏ ਆ ਅਕਾਲ ਤਖ਼ਤ ਦੇ ਜਥੇਦਾਰ ਨੇ ਉਹ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਸੱਦ ਕੇ ਲਾਹਨਤਾਂ ਕਿਉਂ ਨੀ ਪਾਈਆਂ, ਉਹਨੂੰ ਸਿੱਖੀ ਚੋਂ ਖਾਰਜ ਕਿਉਂ ਨੀ ਕੀਤਾ, ਉਹਨੂੰ ਬਾਟੀਆਂ ਮਾਂਜਣ ਕਿਉਂ ਨੀ ਲਾਇਆ, ਸ਼੍ਰੋਮਣੀ ਕਮੇਟੀ ਨੇ ਕਾਰਵਾਈ ਕਿਉਂ ਨੀ ਕੀਤੀ। ਲੋਕ ਕਹਿੰਦੇ ਜੀ ਇਸ ਕਰਕੇ ਨੀ ਕੀਤੀ ਕਿ ਜੇ ਕਾਰਵਾਈ ਕਰਦੇ ਤੇ ਉਹ ਸ਼੍ਰੋਮਣੀ ਕਮੇਟੀ ਮੈਂਬਰ ਨੇ ਆਖਣਾ ਸੀ ਮੈਂ ਕੱਲਾ, ਫਲਾਨਾ 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 ਵੀ ਇੱਥੇ ਏਦਾਂ ਦੇ ਹੈਗੇ, ਬਾਕੀਆਂ ਵੀ ਤਾਂ ਕੀਤਾ ਵਾ, ਬਾਕੀ ਕਰਦੇ ਮੈਂ ਵੀ ਕਰ ਲਿਆ। ਇਸ ਕਰਕੇ ਆਹ ਜਿਹੜੇ ਹੁਣ ਦਾ ਕੇਸ ਦਾ ਨਵਾਂ ਹੋਇਆ, ਇਹਦੇ ਵਿੱਚ ਵੀ ਉਸ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਸੱਦ ਕੇ ਪੁੱਛਣਾ ਚਾਹੀਦਾ ਕਿ ਤੇਰੇ ਬਾਰੇ ਸਿੱਧਾ ਦੋਸ਼ ਲਾਉਂਦੇ ਪਏ ਆ, ਬੋਲ ਕੇ ਕਹਿਣਾ। ਉਹਨੂੰ ਨੀ ਸੱਦਿਆ ਗਿਆ, ਇਹਨਾਂ ਨੂੰ ਕਹਿ ਤਾ ਤੁਹਾਨੂੰ ਨੌਕਰੀ ਤੋਂ ਕੱਢ ਦੇਣਾ, ਕੱਢ ਦੇਣ। ਉਹ ਕਹਿੰਦੇ ਆ ਜੀ ਅਸੀਂ ਫਿਰ ਸ਼੍ਰੋਮਣੀ ਕਮੇਟੀ ਤੋਂ ਕੀ ਨਿਕਲਣਾ ਨੌਕਰੀ ਤੋਂ, ਅਸੀਂ ਸਿੱਖੀ ਛੱਡ ਜਾਣੇ ਕਿਸੇ ਹੋਰ ਪਾਸੇ ਆਏ ਨੇ। ਇਹੀ ਗੱਲ ਇਹਦੇ ਤੋਂ ਪਹਿਲਾਂ ਇੱਕ ਧਰਮੀ ਫੌਜੀ ਜਿਹੜਾ 1984 ਚ ਆਪਰੇਸ਼ਨ ਬਲੂ ਸਟਾਰ ਵੇਲੇ ਫੌਜ ਛੱਡ ਕੇ ਆ ਗਿਆ ਸੀ ਜਜ਼ਬਾਤੀ ਹੋ ਕੇ, ਜਦੋਂ ਉਹਨੇ ਵੇਖਿਆ ਕਿ ਸਾਡੇ ਨਾਲ ਆਹ ਕੁਛ ਹੁੰਦਾ ਤੇ ਉਹਨੇ ਆਖਿਆ ਸੀ ਮੈਂ ਸਿਰ ਮੂੰਹ ਮਨਾ ਦੇਣਾ, ਮੈਂ ਸਿੱਖੀ ਛੱਡ ਦੇਣੀ। ਸਾਰੇ ਪੰਜਾਬ ਚ ਰੌਲਾ ਪੈ ਗਿਆ, ਵਿਦੇਸ਼ਾਂ ਤੱਕ ਰੌਲਾ ਪੈ ਗਿਆ, ਪਰ ਬੰਦੇ ਗਏ, ਉਹਨੂੰ ਮਨਾਇਆ ਗਿਆ। ਉਹਨੇ ਆ ਕੇ ਇਸ ਗੱਲ ਦੀ ਮਾਫ਼ੀ ਮੰਗ ਲਈ ਕਿ ਮੈਂ ਜਜ਼ਬਾਤੀ ਹੋ ਗਿਆ, ਗੱਲ ਕਹਿ ਬੈਠਾ, ਮੈਂ ਸਿੱਖੀ ਨਹੀਂ ਛੱਡੂਗਾ। ਪਰ ਬਾਕੀ ਮੁੱਦਿਆਂ ਦੇ ਉੱਤੇ ਕਾਇਮ ਰਿਹਾ ਸੀ ਕਿ ਤੁਸੀਂ ਦੱਸੋ ਕਿ ਸਾਡੇ ਨਾਂ ਤੇ ਰਾਜਨੀਤੀ ਕਰਦੇ, ਸਾਨੂੰ ਦਿੱਤਾ ਕੀ ਹੈ। ਹੁਣ ਵੀ ਉਹਨਾਂ ਦੇ ਜਜ਼ਬਾਤ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਬੰਦਿਆਂ ਨੂੰ ਪਹਿਲਾਂ ਜੇ ਨਹੀਂ ਵੀ ਹੱਕਦਾਰ ਸੀ ਤੇ ਉਹਨਾਂ ਨੂੰ ਭਰਤੀ ਕਿਉਂ ਕੀਤਾ ਗਿਆ, ਜੇ ਕਰ ਲਿਆ ਤੇ ਉਹਨਾਂ ਨੂੰ ਰੱਖਣਾ ਚਾਹੀਦਾ ਜੀ। ਪੰਨੂ ਸਾਹਿਬ, ਪਾਕਿਸਤਾਨ ਦੇ ਵੱਲੋਂ ਸਬਜ਼ੀਆਂ ਤੋਂ ਬਾਅਦ ਹੁਣ ਭਾਰਤੀ ਮਸਾਲੇ ਆ ਜਿਹੜੇ ਉਹ ਵੀ ਰੋਕ ਲਾਤੀ, ਉਹਨਾਂ ਦੇ ਪਹਿਲਾਂ ਟਮਾਟਰ ਨੀ, ਉਹਨਾਂ ਨੇ ਬਾਰਡਰ ਟੱਪਣ ਦਿੱਤੇ ਤੇ ਹੁਣ ਮਸਾਲਿਆਂ ਦਾ ਕਹਿੰਦੇ ਟਰੱਕਾਂ ਦੇ ਟਰੱਕ ਆ, ਵੱਡੀ ਖੇਪ ਆ ਜਿਹੜੀ ਉਹ ਉੱਥੇ ਰੁਕੀ ਹੋਈ ਹੈ। ਇਹ ਦੋ ਥਾਵਾਂ ਤੇ ਰੁਕੀ ਪਈ ਆ ਸਾਰੀ ਖੇਪ, ਇੱਕ ਤਾਂ ਇੱਥੇ ਲਾਹੌਰ ਦੇ ਵਿੱਚ ਆ ਤੇ ਇੱਕ ਕਰਾਚੀ ਚ ਜੀ। ਲਾਹੌਰ ਦੇ ਵਿੱਚ ਇਸ ਕਰਕੇ ਆ ਕਿ ਜਿਹੜੇ ਵਾਘੇ ਬਾਰਡਰ ਤੋਂ ਲੰਘਦੇ ਆ ਉਹਨਾਂ ਸਾਰਿਆਂ ਨੂੰ ਇੱਥੋਂ ਜਾਣ ਤੋਂ ਬਾਅਦ ਉੱਥੇ ਲਾਹੌਰ ਰੋਕ ਲੈਂਦੇ ਆ ਤੇ ਅੱਗੇ ਡਿਸਟ੍ਰੀਬਿਊਟਿੰਗ ਕਰਾਉਂਦੇ, ਜਾਂ ਲਾਹੌਰ ਤੋਂ ਆਉਂਦੇ ਇੱਧਰ ਰੋਕ ਲਏ ਜਾਂਦੇ ਨੇ ਦੋਵੇਂ ਪਾਸੇ। ਦੂਸਰੇ ਪਾਸੇ ਜਿਹੜਾ ਸ਼ਿਪਿੰਗ ਰਾਹੀਂ ਮਾਲ ਜਾਂਦਾ ਸਮੁੰਦਰੀ ਰਸਤੇ ਤੋਂ, ਉਹ ਕਰਾਚੀ ਦੇ ਵਿੱਚ ਰੋਕਿਆ ਜਾ ਰਿਹਾ, ਸੀਮੈਂਟ ਵੀ ਰੋਕਿਆ ਜਾ ਰਿਹਾ, ਲਾਚੀ ਰੋਕੀ ਜਾ ਰਹੀ ਹੈ, ਕਈ ਚੀਜ਼ਾਂ ਇਸ ਤਰ੍ਹਾਂ ਦੀਆਂ, ਲਾਲ ਮਿਰਚ ਰੋਕੀ ਜਾ ਰਹੀ ਹੈ, ਸੱਤ ਈਸਟ ਬੰਗਾਲ ਦਾ ਨਾਂ ਆਉਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਰੋਕੀਆਂ ਜਾ ਰਹੀਆਂ।
ਓਹਦੇ ਚ ਵਪਾਰੀਆਂ ਦਾ 200-300 ਕਰੋੜ ਰੁਪਇਆ ਫਸ ਗਿਆ। ਇੱਕ ਚਰਚਾ ਹੁੰਦੀ ਪਈ ਆ ਕਿ ਪਾਕਿਸਤਾਨ ਸਰਕਾਰ ਆਪਣੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਐਕਸਪੋਰਟ ਪਾਲਿਸੀ ਆ ਓਹਨੂੰ ਬਦਲਣ ਲੱਗੀ ਆ, ਤੇ ਸਮਝਿਆ ਜਾਂਦਾ ਕਿ ਉਹਨਾਂ ਦੀ ਸਰਕਾਰ ਜਦ ਤੱਕ ਉਹ ਬਦਲ ਨਹੀਂ ਲੈਂਦੀ, ਉਹ ਕਿਉਂਕਿ ਬਦਲ ਕੇ ਉਹਨਾਂ ਨੂੰ ਉਹ ਚੁੱਕ ਮੁਨਾਫਾ ਹੋਣ ਦੀ ਆਸ ਹੈ, ਓਨੇ ਚਿਰ ਵਾਸਤੇ ਉਹਨਾਂ ਨੇ ਰੋਕਿਆ। ਪਰ ਦੂਸਰੇ ਲੋਕ ਕਹਿੰਦੇ ਜੀ ਜਿੰਨੇ ਚਿਰ ਤੱਕ ਤੁਹਾਨੂੰ ਰੋਕ ਕੇ ਰੱਖਿਆ ਓਨੇ ਚਿਰ ਤੱਕ ਕਈ ਚੀਜ਼ਾਂ ਆ ਮਸਾਲੇ ਮੂੰਗਫਲੀ ਕਈ ਚੀਜ਼ਾਂ ਜਿਹੜੀਆਂ ਇਧਰੋਂ ਗਈਆਂ ਨੇ ਉਹ ਕਈ ਕੁਛ ਕੁਝ ਇਧਰੋਂ ਗਿਆ ਕੁਝ ਉਧਰੋਂ ਆਉਂਦਾ ਸੀ ਉਹ ਟਰੱਕਾਂ ਦੇ ਵਿੱਚ ਪਿਆ ਪਿਆ ਖਰਾਬ ਹੋ ਜਾਣਾ। ਸਾਡੇ ਇੱਥੇ ਇੱਕ ਵਾਰੀ ਇੱਕ ਬੀਬੀ ਸਿਹਤ ਮੰਤਰੀ ਹੁੰਦੀ ਸੀ, ਉਹਨੇ ਸਾਰੇ ਪੰਜਾਬ ਦੀ ਟਰਾਲੀ ਤੇ ਛਾਪੇ ਮਰਵਾ ਲਏ, ਮੁੜ ਕੇ ਇੰਨੀਆਂ ਲੈਬੋਰਟਰੀਆਂ ਨੇ ਜਿਹੜੀਆਂ ਸਾਰਾ ਕੁਝ ਸਮਾਨ ਚੈੱਕ ਕਰ ਲੈਣ, ਤੇ ਜਿੰਨੀ ਮਠਿਆਈ ਫੜੀ ਸੀ 2 ਮਹੀਨਿਆਂ ਬਾਅਦ ਦੁਕਾਨਾਂ ਵਾਲਿਆਂ ਨੂੰ ਆਖਿਆ ਜੀ ਵਾਪਸ ਕਰ ਦਿਓ, ਤੇ ਕਹਿੰਦੇ ਕੋਈ ਮਠਿਆਈ ਏਦਾਂ ਦੀ ਹੈਗੀ ਜਿਹੜੀ 2 ਮਹੀਨੇ ਬਾਅਦ ਵੀ ਵਾਪਸ ਕਰਨ ਦੇ ਲਾਇਕ ਹੁੰਦੀ ਹੈ, ਇਹਨੂੰ ਸਾਰੀਆਂ ਤੇ ਉੱਲੀ ਲੱਗ ਗਈ, ਹੁਣ ਇਹਦਾ ਅਸੀਂ ਕੀ ਕਰੀਏ, ਪਹਿਲਾਂ ਖਰਾਬ ਨਹੀਂ ਤਾਂ ਕਰ ਦਿੱਤੀ। ਇਹ ਜਿਹੜਾ ਲਾਹੌਰ ਤੇ ਕਰਾਚੀ ਵਿਚ ਮਾਲ ਰੋਕਿਆ ਗਿਆ ਖਰਾਬ ਹੋ ਸਕਦਾ, ਇਹਦਾ ਛੇਤੀ ਫੈਸਲਾ ਕਰਨਾ ਚਾਹੀਦਾ, ਇਹ ਦੋਵਾਂ ਸਰਕਾਰਾਂ ਦੇ ਲੈਵਲ ਤੇ ਹੋ ਸਕਦਾ। ਜੀ ਔਰ ਪੰਨੂ ਸਾਹਿਬ ਨਵਜੋਤ ਸਿੰਘ ਸਿੱਧੂ ਕੁਛ ਅਫਸਰ ਉਹਨਾਂ ਨੇ ਬਰਖਾਸਤ ਕਰਤੇ ਜੀ, ਸਖ਼ਤ ਐਕਸ਼ਨ ਲਿਆ। ਸਖ਼ਤ ਐਕਸ਼ਨ ਲਿਆ ਲਿਆਉਂਦਿਆਂ ਸਾਰ ਵੀ ਸਖ਼ਤ ਐਕਸ਼ਨ ਲਿਆ ਸੀ ਤੇ ਬਹੁਤ ਸਖ਼ਤ ਐਕਸ਼ਨ ਲਿਆ ਸੀ, ਜਨਤਕ ਸੁਣਵਾਈ ਕਰਕੇ ਜਿਹਦੇ ਚ ਕੁਝ MLA ਵੀ ਸਨ, ਕੁਝ ਪਬਲਿਕ ਦੇ ਲੋਕ ਵੀ ਸਨ, ਸਾਰਿਆਂ ਸਾਹਮਣੇ ਉਹਨਾਂ ਨੂੰ ਸ਼ਰਮਿੰਦੇ ਕਰਕੇ ਤੇ ਆਖਿਆ ਸੀ ਜਾਓ ਤੁਹਾਡੇ ਜਿਹੜੀ ਪ੍ਰਮੋਸ਼ਨ ਉਹ ਵੀ ਰੋਕ ਲਈ, ਤੁਸੀਂ ਸਸਪੈਂਡ ਕੀਤੇ, ਉਹ ਹਾਈਕੋਰਟ ਚਲੇ ਗਏ। ਹਾਈਕੋਰਟ ਨੇ ਆਖਿਆ ਕਿ ਲੋਕਤੰਤਰ ਚ ਜਨਤਕ ਸੁਣਵਾਈ ਨਹੀਂ ਚੱਲਦੀ, ਕਾਨੂੰਨੀ ਪ੍ਰਕਿਰਿਆ ਅਪਣਾਓ, ਉਹਦਾ ਤੁਸੀਂ ਨਹੀਂ ਕਰ ਸਕਦੇ, ਬੰਦੇ ਫਿਰ ਕੁਰਸੀਆਂ ਤੇ ਆ ਕੇ ਬਹਿ ਗਏ। ਫਿਰ ਇਹਨਾਂ ਨੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਇੱਕ ਜਾਂਚ ਕਮੇਟੀ ਬਣਾਈ, ਉਸ ਜਾਂਚ ਕਮੇਟੀ ਨੇ ਮਤਲਬ ਉਹ ਸੈਸ਼ਨ ਜੱਜ ਸੀਗਾ BC ਗੁਪਤਾ, ਉਹਦੀ ਅਗਵਾਈ ਜਿਹੜੀ ਕਮੇਟੀ ਬਣੀ ਉਹਨੇ ਰਿਪੋਰਟ ਦਿੱਤੀ ਕਿ ਆਹ ਬੰਦੇ ਗਲਤ ਨੇ। ਉਹਨਾਂ ਚੋਂ ਖਾਸ ਤੌਰ ਦੇ ਉੱਤੇ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਗਲਿਆਰਾ ਪ੍ਰਾਜੈਕਟ ਹੈ, ਉਸ ਯੋਜਨਾ ਦਾ ਸੀਨੀਅਰ ਟਾਊਨ ਪਲੈਨਰ ਹੇਮੰਤ ਬਤਰਾ ਜਿਹੜਾ ਉਹਨੂੰ ਤਾਂ ਨੌਕਰੀ ਤੋਂ ਕੱਢਤਾ। ਤਿੰਨ ਜਣੇ ਜਿਹੜੇ ATP ਆ, 2 ATP ਤੇ ਇੱਕ ਬਿਲਡਿੰਗ ਇੰਸਪੈਕਟਰ, ਉਹਨਾਂ ਨੂੰ ਉਹਨਾਂ ਨੇ ਰਿਵਰਟ ਕਰਤਾ, ਜਿਹੜੀਆਂ ਤਰੱਕੀਆਂ ਪਿਛਲੀ ਸਰਕਾਰ ਨੇ ਦਿੱਤੀਆਂ ਉਹ ਉਹਨਾਂ ਦੀਆਂ ਹੋ ਰਹੀਆਂ ਨੇ। 3 ਸਪੈਸ਼ਲ ਸੀਨੀਅਰ ਟਾਊਨ ਪਲੈਨਰ ਸੀਗੇ ਜਿਹੜੇ ਰਿਟਾਇਰ ਹੋ ਚੁੱਕੇ ਸੀ, ਉਹਨਾਂ ਦੀ ਅਗਲੇ 3 ਸਾਲਾਂ ਵਾਸਤੇ ਅੱਧੀ ਅੱਧੀ ਪੈਨਸ਼ਨ ਕੱਟ ਦਿੱਤੀ ਗਈ ਹੈ। ਇਹਦੇ ਤੋਂ ਇਲਾਵਾ ਕੁਛ ਹੋਰ ATP ਵਗੈਰਾ ਬਿਲਡਿੰਗ ਇੰਸਪੈਕਟਰ, ਉਹ ਸਾਰਾ ਕੁਝ ਇਸ ਵਾਰੀ ਇੱਕ ਡਿਸਟ੍ਰਿਕਟ ਲੈਵਲ ਦੇ ਸੈਸ਼ਨ ਜੱਜ ਦੀ ਜਿਹੜੀ ਅਗਵਾਈ ਹੇਠ ਕਮੇਟੀ ਬਣੀ ਸੀ, ਉਸ ਕਮੇਟੀ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਸਬੂਤ ਇਹਨਾਂ ਕੋਲ ਪੂਰੇ ਆ, ਮੇਰਾ ਖਿਆਲ ਹੁਣ ਇਹ ਬੰਦੇ ਸਾਰੇ ਹਾਈਕੋਰਟ ਵੀ ਚਲ ਜਾਣ ਤੇ ਇਹਨਾਂ ਦੀ ਗੱਲ ਬਣਨੀ ਨੀ, ਇਸ ਵਾਰੀ ਹੱਥ ਸਖ਼ਤੀ ਨਾਲ ਪਾਇਆ ਗਿਆ। ਜੀ ਤੇ ਉਧਰਲੇ ਪਾਸੇ ਜੀ ਰਜਿੰਦਰ ਕੌਰ ਪਟਲ ਹੋ ਰਿਹਾ ਜਿਹੜੇ, ਉਹ ਕਹਿੰਦੇ ਕਿ ਮੈਂ ਤਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਵੀ ਲੜ ਸਕਦੇ ਆ। ਪਿਛਲੀ ਵਾਰੀ ਅਸੈਂਬਲੀ ਚੋਣ ਤਾਂ ਉਹਨੇ ਆਪਣੀ ਗਲਤੀ ਨਾਲ ਹਰਾ ਲਈ, ਕਿਸੇ ਦਾ ਬਹੁਤਾ ਕਸੂਰ ਨਹੀਂ, ਕਸੂਰ ਕੱਢਣ ਦਾ ਫਾਇਦਾ ਕੋਈ ਨਹੀਂ ਗਾ। ਉਦਾਂ ਇਹ ਹੈ ਕਿ ਇਸ ਬੀਬੀ ਦਾ ਕਦੇ ਬੜਾ ਦਬਦਬਾ ਹੁੰਦਾ ਸੀ ਬੇਅੰਤ ਸਿੰਘ ਦੀ ਸਰਕਾਰ ਤੱਕ, ਬੇਅੰਤ ਸਿੰਘ ਦਾ ਕਤਲ ਹੋ ਗਿਆ, ਉਹਦੀ ਥਾਂ ਤੇ 2 ਨੰਬਰ ਦਾ ਮੰਤਰੀ ਜਿਹੜਾ ਸੀ ਉਹ ਮੁੱਖ ਮੰਤਰੀ ਬਣ ਗਿਆ, ਉਹਦੇ ਨਾਲ ਦੀ ਬਣਦੀ ਨਹੀਂ ਸੀ, ਇੰਨੀ ਆਡਾ ਲਾਤਾ। ਨਰਸਿਮਹਾ ਰਾਓ ਨੇ ਆਖਿਆ ਇਹਨੂੰ ਬੀਬੀ ਨੂੰ ਤੁਸੀਂ ਡਿਪਟੀ ਮੁੱਖ ਮੰਤਰੀ ਬਣਾ ਲਓ, ਉਹਨਾਂ ਬਣਾ ਲਿਆ ਫਿਰ ਨਾ ਚੱਲ ਸਕੇ, ਫਿਰ ਉਹ ਤੋਂ ਕੁਰਸੀ ਛਡਾ ਕੇ ਬੀਬੀ ਨੂੰ ਮੁੱਖ ਮੰਤਰੀ ਬਣਾ ਤਾ। ਉਦੋਂ ਇਹਦਾ ਦਬਦਬਾ ਬਹੁਤ ਸੀ, ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਆ ਗਏ ਤੇ ਉਹਨੂੰ ਪੰਜਾਬ ਦਾ ਪ੍ਰਧਾਨ ਬਣਾ ਤਾ, ਹੌਲੀ ਹੌਲੀ ਕਾਂਗਰਸ ਉਹਨੇ ਸੰਭਾਲ ਲਈ, ਫਿਰ ਬੀਬੀ ਪਛੜਦੀ ਗਈ। ਮੁੜ ਕੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਹਨੇ ਦਿੱਲੀ ਜਾ ਕੇ ਜਿਹੜਾ ਧਰਨਾ ਲਾਇਆ 39 MLA ਦਾ, ਉਹਦੇ ਚ ਸਮਝੌਤਾ ਤੇ ਅੰਤ ਨੂੰ ਭਾਵੇਂ ਇਹੋ ਆ ਕਿ ਬੀਬੀ ਨੂੰ ਵੀ ਡਿਪਟੀ ਮੁੱਖ ਮੰਤਰੀ ਬਣਾ ਦਿਓ, ਪਰ ਉਹ ਵਕਤੀ ਸਮਝੌਤਾ ਸੀ। ਅੰਤਰੇ ਤੌਰ ਤੇ ਬੀਬੀ ਉਸ ਲੜਾਈ ਚ ਹਾਰ ਗਈ, ਤੇ ਹਾਰਨ ਦਾ ਕੰਮ ਇਹ ਸੀ, ਕਾਰਨ ਵੱਡਾ ਕਿ ਜਿਹੜੀ ਵਾਜਪਾਈ ਸਰਕਾਰ ਸੀ ਉਹਨਾਂ ਦਾ ਵਿੰਗੇਟਿਡ ਢੰਗ ਨਾਲ ਕੋਈ ਨਾ ਕੋਈ ਤਾਲਮੇਲ ਜਿਹਾ ਇਹੋ ਜਿਹਾ ਬਣਦਾ ਸੀ, ਉਹ ਇਹ ਸ਼ੋਅ ਕਰਦੇ ਸੀ ਕਿ ਬੀਬੀ ਨੇ ਸਾਡੇ ਇਹਨਾਂ ਦੇ ਗਰੁੱਪ ਨਾਲ ਤਾਲਮੇਲ ਹੋ ਗਿਆ ਤੇ ਅਸੀਂ ਇਹਨਾਂ ਦੀ ਸਰਕਾਰ ਬਣਾਉਣੀ ਆ, ਕਾਂਗਰਸ ਦੇ ਵਿੱਚ ਇੱਕ ਧੜਾ ਬਾਗੀ ਕਰਕੇ ਤੇ ਬਾਹਰੋਂ ਅਕਾਲੀ ਭਾਜਪਾ ਮਦਦ ਦੇਣਗੇ ਤੇ ਬੀਬੀ ਮੁੱਖ ਮੰਤਰੀ ਹੋਵੇਗੀ। ਉਹ ਗੱਲ ਤੇ ਬਣੀ ਨੀ, ਪਰ ਬੀਬੀ ਦਾ ਉਦੋਂ ਇੱਕ ਵਾਰੀ ਇਮੇਜ ਖਰਾਬ ਹੋ ਗਿਆ। ਫਿਰ ਹੁਣ ਇਸ ਵਾਰੀ ਦੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਚ 35 ਦੀ ਗਲਤੀ ਕਰਕੇ ਬੀਬੀ ਹਾਰ ਗਈ ਹੈ,
ਅੱਗੋਂ ਕੋਸ਼ਿਸ਼ ਕਰਦੀ ਪਈ ਆ ਕਿ ਡੇਢ ਸਾਲ ਤੱਕ ਜਿਹੜੀ ਪਾਰਲੀਮੈਂਟ ਚੋਣ ਆਉਣੀ ਆ ਮੈਂ ਉਹ ਲੜਦਾ, ਪਰ ਉਸੇ ਸੀਟ ਤੇ ਵਿਜੇ ਇੰਦਰ ਸਿੰਗਲਾ ਵੀ ਬੈਠਾ। ਉਹ ਸਿੰਗਲਾ ਵੀ ਤਾਂ ਸਿੰਗਲ ਨੀ ਗਾ, ਉਹਦੇ ਪਿੱਛੇ ਵੀ ਇੱਕ ਧੜਾ ਕਾਂਗਰਸ ਦਾ ਪੂਰਾ। ਐਡੀ ਸੌਖੀ ਟਿਕਟ ਨਹੀਂ ਮਿਲ ਸਕਣੀ ਵੀ ਮੈਨੂੰ ਜੀ, ਬਸ ਦੀ ਟਿਕਟ ਨੀ ਮਿਲਦੀ ਹੋਣੀ ਜੀ ਇਹਨਾਂ ਨੂੰ ਤਾਂ ਛੇਤੀ ਕੀਤੇ। ਤੇ ਪੰਨੂ ਸਾਹਿਬ, ਹਾਂਜੀ, ਇੱਕ ਅਗਲੀ ਗੱਲ, ਲੁਧਿਆਣਾ ਦੇ ਵਿਚ ਜਿਹੜਾ ਅਗਨੀਕਾਂਡ ਵਾਪਰਿਆ ਇਹਦੇ ਬਾਰੇ ਤੁਹਾਡੀ ਟਿੱਪਣੀ। ਮਾੜੀ ਗੱਲ ਆ, ਉੱਥੇ ਅੱਗ ਤਾਂ ਲੱਗੀ ਸੀ ਮਾੜੀ ਜੀ, ਨੁਕਸਾਨ ਹੋ ਗਿਆ। ਮੁੜ ਕੇ ਜਿਆਦਾ ਇਹਦਾ ਕਾਰਨ ਇਹ ਆ ਕਿ ਬਿਲਡਿੰਗ ਦਾ ਜਿਹੜਾ ਮਾਲਕ ਸੀ ਉਹਨੇ ਪੂਰੀ ਇਨਫੋਰਮੇਸ਼ਨ ਨਹੀਂ ਦਿੱਤੀ ਜਾਪਦੀ, ਤੇ ਇਹਦੇ ਚ ਮਿਉਂਸੀਪਲ ਕਾਰਪੋਰੇਸ਼ਨ ਵੀ ਕਸੂਰਵਾਰ ਆ, ਜਿਹਨੇ ਪਹਿਲਾਂ ਕਦੇ ਉੱਥੇ ਜਾ ਕੇ ਸੁਰੱਖਿਆ ਦੇ ਪ੍ਰਬੰਧ ਚੈੱਕ ਨਹੀਂ ਕੀਤੇ। ਜਦੋਂ ਇੱਥੇ ਅੱਗ ਲੱਗੀ, ਥੋੜੀ ਜਿਹੀ ਅੱਗ ਸੀ, ਬੁਝਾਤੀ, ਫਟਾਫਟ ਉੱਤੇ ਚਲੇ ਗਏ। ਅੱਗ ਬੁਝਾਉਣ ਦੇ ਕਈ ਫਾਰਮੂਲੇ ਹੁੰਦੇ, ਕਿਸੇ ਥਾਂ ਤੇ ਪਾਣੀ ਪਾ ਕੇ ਬੁਝਾਈ ਜਾਂਦੀ ਆ, ਜਿੱਥੇ ਕਿਤੇ ਬਿਜਲੀ ਦੀਆਂ ਤਾਰਾਂ ਹੋਣ ਉੱਥੇ ਪਾਣੀ ਨਹੀਂ ਪਾਇਆ ਜਾਂਦਾ, ਉੱਥੇ ਇੱਕ ਖਾਸ ਤਰ੍ਹਾਂ ਦਾ ਪਾਊਡਰ ਜਾਂਦਾ ਸਪਰੇਅ ਕੀਤਾ ਜਾਂਦਾ। ਕੁਝ ਥਾਵਾਂ ਹੁੰਦੀਆਂ ਜਿੱਥੇ ਅੱਗ ਲੱਗਣ ਦਾ ਡਰ ਹੁੰਦਾ, ਉੱਥੇ ਇੱਕ ਫੋਮ ਜੀ ਸੁੱਟੀ ਜਾਂਦੀ, ਉਹ ਅੱਗ ਨੂੰ ਵੀ ਬੁਝਾ ਦਿੰਦੀ ਆ ਜੀ। ਇਹਨੂੰ ਮਾਲਕ ਨੂੰ ਤੇ ਪਤਾ ਸੀ ਕਿ ਦੂਸਰੀ ਮੰਜ਼ਿਲ ਦੇ ਉੱਤੇ ਇਹੋ ਜਿਹਾ ਕੈਮੀਕਲ ਪਿਆ ਜਿਹਦੇ ਉੱਤੇ ਪਾਣੀ ਦੀ ਛਿੱਟ ਵੀ ਡਿੱਗ ਪਵੇ, ਇੱਕ ਤੁਪਕਾ ਵੀ ਡਿੱਗ ਪਏ ਤੇ ਉਹ ਧੂੰਆਂ ਨਿਕਲਦਾ ਤੇ ਅੱਗ ਲੱਗ ਸਕਦੀ ਹੈ। ਫਾਇਰ ਬ੍ਰਿਗੇਡ ਵਾਲਿਆਂ ਥੱਲੇ ਅੱਗ ਬੁਝਾ ਲਈ, ਉੱਤੇ ਚੈੱਕ ਕਰਦੇ ਕਰਦੇ ਜਦੋਂ ਪਹੁੰਚੇ ਤੇ ਉਸੇ ਤਰ੍ਹਾਂ ਜਿੱਥੇ ਧੂੰਆਂ ਜਾ ਦਿਸਦਾ ਸੀ ਉੱਤੇ ਪਾਣੀ ਸੁੱਟੀ ਜਾਂਦੇ ਸੀ। ਉਹਨੂੰ ਚਾਹੀਦਾ ਸੀ ਦੱਸ ਦਿੱਤਾ ਇੱਥੇ ਨਾ ਸੁੱਟੋ। ਉਹਨੇ ਜਦੋਂ ਥੋੜਾ ਪਾਣੀ ਡਿੱਗਿਆ, ਉਹ ਚੋਂ ਧੂੰਆਂ ਨਿਕਲਿਆ, ਧੂੰਆਂ ਦੇ ਨਾਲ ਗੈਸ ਬਣ ਗਈ ਉਸ ਕਮਰੇ ਚ, ਉਹ ਕੈਮੀਕਲ ਚੋਂ, ਤੇ ਉਹਦੇ ਨਾਲ ਧਮਾਕਾ ਹੋਇਆ ਤੇ ਸਾਰੀ ਬਿਲਡਿੰਗ ਡਿੱਗ ਪਈ, ਬਹੁਤ ਸਾਰੇ ਲੋਕ ਮਾਰੇ ਗਏ। ਇਹਦੇ ਚ ਉਸ ਬਿਲਡਿੰਗ ਮਾਲਕ ਦੀ ਵੀ ਗਲਤੀ ਆ, ਪਰ ਕਾਰਪੋਰੇਸ਼ਨ ਵਾਲਿਆਂ ਦੀ ਜ਼ਿਆਦਾ। ਕਾਰਪੋਰੇਸ਼ਨਾਂ ਕਿਤੇ ਵੀ ਚੈੱਕ ਨਹੀਂ ਕਰਦੀਆਂ ਕਿ ਇਹਨਾਂ ਫੈਕਟਰੀਆਂ ਚ ਕਿਸ ਤਰ੍ਹਾਂ ਕੰਮ ਚੱਲਦਾ ਪਿਆ। ਨੁਕਸਾਨ ਬਹੁਤ ਹੋਇਆ, ਪਰ ਸਿਸਟਮ ਦੀ ਗਲਤੀ ਹੈ ਜੀ। ਪੰਨੂ ਸਾਹਿਬ, ਅੱਜ ਨਾਮਾ ਜੀ, ਕੱਲ ਹਾਫਿਜ਼ ਸਾਹਿਬ ਦੀ ਨਜ਼ਰਬੰਦੀ ਟੁੱਟੀ ਸੀ ਜੀ, ਉਹਦੇ ਉੱਤੇ ਅੱਜ ਨਾਮਾ। ਹਾਫਿਜ਼ ਸਾਹਿਬ ਦੀ ਟੁੱਟ ਗਈ ਨਜ਼ਰਬੰਦੀ, ਛੁੱਟ ਤੇ ਸਾਰੋ ਪਿਆ ਹੀ ਭੜਕ ਮੀਆਂ, ਕਹਿੰਦਾ ਮੁੱਦਾ ਕਸ਼ਮੀਰ ਦਾ ਚੁੱਕ ਫਿਰ ਤੋਂ, ਪਿਛਲੇ ਸਾਲ ਦੀ ਕੱਢੂ ਹੁਣ ਰੜਕ ਮੀਆਂ, ਲੱਗਦਾ ਰਹਿਣ ਨੀ ਲੱਗਾ ਲਾਹੌਰ ਤੀਕਰ, ਕਸ਼ਮੀਰ ਘਾਟੀ ਦੀ ਫੜੂਗਾ ਸੜਕ ਮੀਆਂ, ਜਾਣੂ ਉਸ ਦੇ ਕਹਿਣ ਨਹੀਂ ਆਉਣ ਲੱਗਾ, ਖੜ ਕੇ ਦੂਰ ਤੋਂ ਰਿਹਾ ਉਹ ਖੜਕ ਮੀਆਂ। ਉਹਦੇ ਨੇੜਲੇ ਕਹਿੰਦੇ ਕਹਿੰਦੇ ਦੂਰ ਹੀ ਰਹਿਣਾ, ਇੱਥੇ ਆਉਣ ਨੀ ਲੱਗਾ। ਬਾਕੀ ਚਾਰ ਲਾਈਨਾਂ, ਨਾ ਹੀ ਆਇਆ ਨਾ ਉਸ ਨੇ ਆਵਣਾ ਹੀ, ਚੁਣ ਕੇ ਪਹਾੜੇ ਦੀ ਫੌਜ ਭਜਵਾਊਗਾ ਉਹ, ਮਾਇਆ ਗਿਣੂ ਲਾਹੌਰ ਪਿਆ ਆਪ ਬੈਠਾ, ਬਗਾਨੇ ਪੁੱਤਰ ਹੀ ਮਰਨ ਕਲਵਾਊਗਾ ਉਹ। ਹੁਣ ਫੇਰ ਬਗਾਨੇ ਪੁੱਤਾਂ ਨੂੰ ਮਰਨ ਭਜਵਾਊਗਾ, ਆਪ ਨੀ ਆਉਣ ਲੱਗਾ ਜੀ। ਸੋ ਬਹੁਤ ਮਿਹਰਬਾਨੀ ਪੰਨੂ ਸਾਹਿਬ, ਅਗਲੇ ਹਫਤੇ ਸੋਮਵਾਰ ਨੂੰ ਫੇਰ ਸਾਂਝਾ ਪਾਵਾਂਗੇ। ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਜਤਿੰਦਰ ਪੰਨੂ ਸਾਹਿਬ ਦੇ ਨਾਲ ਦੋਸਤੋ ਗੱਲਬਾਤ ਤੁਸੀਂ ਸੁਣ ਰਹੇ ਸੀ। ਅਗਲੀ ਗੱਲਬਾਤ ਲੈ ਕੇ ਹਾਜ਼ਰ ਹੋਣਗੇ।